ਜੀ ਲੈਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਹਿਬ, ਹੋਰ ਸੁਣਾਓ ਕੀ ਹਾਲ ਹੈ? ਪਹਿਲਾਂ ਤਾਂ ਹੈਪੀ ਥੀਏਟਰ ਡੇ ਤੁਹਾਨੂੰ ਵੀ ਜੀ, ਬਹੁਤ ਬਹੁਤ। ਹਾਂ, ਥੀਏਟਰ ਦੀਆਂ ਲੱਖ ਲੱਖ ਮੁਬਾਰਕਾਂ। ਆਪਾਂ ਅਸੀਂ ਇੱਕ ਦੂਜੇ ਨੂੰ ਥੀਏਟਰ ਦੀਆਂ ਮੁਬਾਰਕਾਂ ਕਿਉਂ ਦੱਸ ਰਹੇ ਹਾਂ? ਕਿਉਂਕਿ ਆਪਣੇ ਸਮੇਂ ਦੇ ਵਿੱਚ ਇਹ ਵੀ ਥੀਏਟਰ ਦੇ ਬਹੁਤ ਵਧੀਆ ਆਰਟਿਸਟ ਰਹੇ ਨੇ। ਔਰ ਇਹ ਗੱਲ ਵੱਖਰੀ ਕਿ ਗੁਰਸ਼ਰਨ ਸਿੰਘ, ਭਾਈ ਮੰਨਾ ਸਿੰਘ ਹੋਰ ਉਹਨਾਂ ਤੋਂ ਪ੍ਰੇਰਿਤ ਰਹੇ। ਔਰ ਮੈਂ ਖੁਦ ਆਪ 15 ਸਾਲ ਥੀਏਟਰ ਕੀਤਾ, ਨਾਟਕ ਖੇਡੇ, ਮੈਂ ਪ੍ਰੇਰਿਤ ਰਿਹਾ ਮਾਨਸਾ ਤੋਂ। ਵਰਲਡ ਫੇਮਸ ਜਿਹੜੇ ਕਿ ਰਾਈਟਰ ਨੇ ਪ੍ਰੋਫੈਸਰ ਅਜਮੇਰ ਸਿੰਘ ਜੀ ਔਲਖ ਸਾਹਿਬ, ਬਹੁਤ ਵਧੀਆ ਸੀ ਜੀ। ਪ੍ਰੋਫੈਸਰ ਔਲਖ ਸਾਹਿਬ ਬਹੁਤ ਨਾਈਸ ਸੀ। ਕਈ ਵਾਰਾਂ ਅਸੀਂ ਮਤਲਬ ਜਿਹੜੇ ਲੋਕ ਸੰਪਰਕ ਜਿਹੜੇ ਸਾਡਾ ਸੀਗਾ ਪਲਸ ਮੰਚ, ਉਹਦੇ 'ਚ ਅਸੀਂ ਬੜੇ ਇਕੱਠੇ ਮਿਲਦੇ ਰਹੇ ਜੀ। ਔਰ ਬਹੁਤ ਵਧੀਆ ਨਾਟਕਕਾਰ ਸੀ, ਬਹੁਤ ਵਧੀਆ ਆਰਟਿਸਟ। ਬਿਲਕੁਲ ਜੀ, ਮੈਂ ਇੱਕ ਚੀਜ਼ ਦੇਖੀ ਹੈ। ਬੇਸ਼ੱਕ ਮੈਂ ਪ੍ਰੋਫੈਸਰ ਅਜਮੇਰ ਸਿੰਘ ਔਲਖ ਸਾਹਿਬ ਦੇ ਨਾਲ ਕਾਫੀ ਲੰਬਾ ਸਮਾਂ ਉਹਨਾਂ ਦੇ ਨਾਟਕ ਖੇਡਦਾ ਰਿਹਾ, ਲੇਕਿਨ ਮੈਂ ਇੱਕ ਚੀਜ਼ ਜ਼ਰੂਰ ਮਹਿਸੂਸ ਕਰਦਾ ਸੀ ਕਿ ਭਾਈ ਮੰਨਾ ਸਿੰਘ ਦੀ ਗੱਲ ਮੈਨੂੰ ਅੱਜ ਵੀ ਯਾਦ ਆਉਂਦੀ ਹੈ ਵੀ ਜਦੋਂ ਦੁਨੀਆ ਦੇ ਵਿੱਚ ਮੈਂ ਤੁਰਨ ਲੱਗਿਆ ਤਾਂ ਦੋ ਤਰ੍ਹਾਂ ਦੇ ਹਾਣੀ ਹੁੰਦੇ ਨੇ। ਇੱਕ ਉਹ ਜਿਹੜੇ ਕਿਸੇ ਨੂੰ ਲਤਾੜ ਕੇ ਅੱਗੇ ਲੰਘਦੇ ਨੇ, ਇੱਕ ਉਹ ਜਿਹੜੇ ਕਿਸੇ ਨੂੰ ਰਲਾ ਕੇ ਅੱਗੇ ਲੰਘਦੇ ਨੇ। ਸੋ ਮੈਂ ਉਹਨਾਂ ਸਮਿਆਂ ਦਾ ਹਾਣੀ ਹਾਂ ਜਿਹੜੇ ਇੱਕ ਦੂਜੇ ਨੂੰ ਨਾਲ ਲੈ ਕੇ ਅੱਗੇ ਲੰਘਦੇ ਨੇ। ਸੋ ਮੈਨੂੰ ਇਹ ਉਹਨਾਂ ਦੀ ਗੱਲ ਬੜੀ ਪਸੰਦ ਆਈ। ਔਰ ਅੱਜ ਤੱਕ ਪੂਰੀ ਦੁਨੀਆ ਦੇ ਵਿੱਚ ਗੁਰਸ਼ਰਨ ਭਾਅ ਜੀ ਯਾਨੀ ਕਿ ਭਾਈ ਮੰਨਾ ਸਿੰਘ, ਉਹਨਾਂ ਦਾ ਜਿਹੜਾ ਹੈਗਾ ਲੋਹਾ ਮੰਨਿਆ ਜਾਂਦਾ। ਕਾਮਰੇਡ ਇਨਕਲਾਬੀ ਨਾਟਕ ਜਿਹੜੇ ਨੇ, ਉਹਨਾਂ ਦੀ ਜਿਹੜੀ ਪਿਰਤ ਪਾਈ ਸੀ ਉਹ ਭਾਈ ਗੁਰਸ਼ਰਨ ਸਿੰਘ ਨੇ ਪਾਈ ਸੀ ਜਦੋਂ ਸਮਾਂ ਸੀ ਬਹੁਤ ਮਾੜੇ ਦੌਰ ਵਿੱਚੋਂ ਨਿਕਲ ਰਿਹਾ ਸੀ ਸਾਡਾ ਇਹ। ਉਦੋਂ ਕਾਮਰੇਡ ਬੜੇ ਹਾਵੀ ਸੀ, ਉਦੋਂ ਸ਼ਹੀਦ ਭਗਤ ਸਿੰਘ ਵਰਗੇ, ਰਾਜਗੁਰੂ ਵਰਗੇ, ਸੁਖਦੇਵ ਵਰਗੇ, ਇਹਨਾਂ ਦੇ ਨਾਟਕਾਂ ਦੇ ਮੰਚਣ ਅਸੀਂ ਪਿੰਡ ਪਿੰਡ ਜਾ ਕੇ ਕਰਦੇ ਹੁੰਦੇ ਸੀ ਔਰ ਲੋਕਾਂ ਨੂੰ ਲਾਮਬੰਦ ਕਰਦੇ ਹੁੰਦੇ ਸੀ। ਔਰ ਉਹਨਾਂ ਦਿਨਾਂ ਦੇ ਵਿੱਚ ਸਾਡੇ ਕੋਲ ਸਾਊਂਡ ਵੀ ਨਹੀਂ ਸੀ ਹੁੰਦਾ, ਸਾਡੇ ਕੋਲ ਸਪੀਕਰ ਵੀ ਨਹੀਂ ਸੀ ਹੁੰਦੇ। ਅਸੀਂ ਆਪਣੀ ਆਵਾਜ਼ ਨੂੰ ਉੱਚੀ ਬੋਲ ਬੋਲ ਕੇ ਅਸੀਂ ਲੋਕਾਂ ਤੱਕ ਪਹੁੰਚਦਾ ਕਰਦੇ ਸੀ ਕਿ ਮੈਂ ਭਗਤ ਸਿੰਘ ਹਾਂ, ਮੈਂ ਰਾਜਗੁਰੂ ਹਾਂ, ਮੈਂ ਸੁਖਦੇਵ ਹਾਂ। ਕਿਉਂ ਲੈ ਸਕਦੇ ਭਾਅ ਜੀ? ਗੁਰਸ਼ਰਨ ਸਿੰਘ ਜੀ ਜੀ ਇੱਕ ਬਾਬਾ ਬੋਰਡ ਸੀਗੇ, ਬਿਲਕੁਲ ਉਹ ਨਾਟਕ ਦੇ ਜਿਹੜੇ ਧਨੀ ਸੀਗੇ ਜੀ। ਉਹਨਾਂ ਤੋਂ ਜਿੰਨੇ ਵੀ ਆ ਕੇ ਤੁਸੀਂ ਥੀਏਟਰ ਦੇ ਆਰਟਿਸਟ ਜਾਂ ਜਿੰਨੀਆਂ ਵੀ ਫਿਲਮ ਦੇ ਪੰਜਾਬੀ ਫਿਲਮਾਂ ਦੇ ਹਿੰਦੀ ਫਿਲਮਾਂ ਦੇ ਜੀ ਜੀ ਆਰਟਿਸਟਾਂ ਨੂੰ ਤੁਸੀਂ ਪਰਫਾਰਮ ਕਰਦੇ ਦੇਖਦੇ ਹੋ ਜੀ, ਇਹ ਸਾਰੇ ਦੇ ਸਾਰੇ ਜਿਹੜੇ ਮੰਨਾ ਸਿੰਘ ਜੀ ਉਪਜਦੇ। ਬਿਲਕੁਲ ਜੀ ਬਿਲਕੁਲ। ਮੰਨਾ ਸਿੰਘ ਭਾਅ ਜੀ ਗੁਰਸ਼ਰਨ ਹੋਣਾਂ ਦਾ ਜਿਹੜਾ ਉਹ ਸੋਚ ਸੀ ਉਹ ਵਿਗਿਆਨਿਕ ਸੋਚ ਸੀ ਜੀ, ਇਨਕਲਾਬੀ ਸੋਚ ਸੀ ਜੀ। ਉਸ ਦੌਰ 'ਚ ਜਿਸ ਵੇਲੇ ਮਤਲਬ ਇਨਕਲਾਬੀਆਂ ਦਾ ਬਹੁਤ ਵੱਡਾ ਮਤਲਬ ਜਿਹੜਾ ਕਿ ਉਹ ਲਹਿਰ ਸ਼ੁਰੂ ਹੋਈ ਅਤੇ ਭਾਅ ਜੀ ਉਸ ਲਹਿਰ ਦੇ ਮੋਢੀ ਹੋ ਕੇ ਨਿਕਲੇ। ਬਿਲਕੁਲ ਜੀ ਬਿਲਕੁਲ। ਕਿਉਂਕਿ ਸਰਕਾਰੀ ਨੌਕਰੀ ਹੋਣ ਦੇ ਬਾਵਜੂਦ ਵੀ ਜੀ ਜੀ ਭਾਅ ਜੀ ਨੇ ਕਦੇ ਪਰਵਾਹ ਨਹੀਂ ਸੀ ਕੀਤੀ ਜੀ ਜੀ। ਅਤੇ ਅਸੀਂ ਅੰਮ੍ਰਿਤਸਰ ਡਰਾਮਾਟਿਕ ਜਿਹੜਾ ਸਾਡਾ ਕਲੱਬ ਸੀ ਜੀ ਜੀ ਉਹਦੇ ਵੱਲੋਂ ਇਹ ਸਾਰਾ ਪਰਿਵਾਰ, ਭੈਣ ਜੀ ਵੀ, ਇਹ ਨਹੀਂ ਹੈ ਵੀ ਇਕੱਲੇ ਭਾਅ ਜੀ ਗੁਰਸ਼ਰਨ ਸੀ, ਭੈਣ ਜੀ ਵੀ ਥੀਏਟਰ ਨੂੰ ਪਰਨਾਈ ਹੋਈ ਸੀ ਜੀ। ਉਹ ਸਾਰੇ ਅਸੀਂ ਕੇਵਲ ਧਾਲੀ ਵਾਲ ਹੋਣੀ ਜਾਂ ਸੁਮੀਤ ਪ੍ਰੀਤ ਲੜੀ ਵਾਲੇ ਇਹ ਸਾਰੇ ਜਿਹੜੇ ਬੰਦੇ ਸੀ ਇਸੇ ਹੀ ਲੜੀ ਦੇ ਇੱਕ ਮੋਤੀ ਰਹੇ ਨੇ। ਬਿਲਕੁਲ। ਜਿਹੜੇ ਅੱਜ ਵੀ ਮਤਲਬ ਸ਼੍ਰੋਮਣੀ ਨਾਟਕਕਾਰ ਦਾ ਜਿਹਨਾਂ ਨੂੰ ਅਵਾਰਡ ਵੀ ਮਿਲਿਆ ਹੋਇਆ। ਸੋ ਉਹਨਾਂ ਦਿਨਾਂ ਦੇ ਅੰਦਰ ਥੀਏਟਰ ਜਿਹੜਾ ਸੀ ਇੱਕ ਲੋਕਾਂ ਤੱਕ ਪਹੁੰਚਦਾ ਜ਼ਰੀਆ ਸੀ। ਠੀਕ ਹੈ ਜੀ। ਉਦੋਂ ਕੀ ਹੁੰਦਾ ਸੀ ਕਿ ਉਦੋਂ ਬਹੁਤੇ ਕੋਈ ਥੀਏਟਰ ਸਿਨੇਮੇ ਇਹ ਮੋਬਾਈਲ ਫੋਨ ਜਾਂ ਕੋਈ ਮੀਡੀਆ 'ਤੇ ਇੱਦਾਂ ਦਾ ਹੁੰਦਾ ਨਹੀਂ ਸੀ ਅਤੇ ਅਸੀਂ ਪਿੰਡਾਂ ਦੇ ਅੰਦਰ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ, ਇਨਕਲਾਬੀ ਲਹਿਰ ਨਾਲ ਲੋਕਾਂ ਨੂੰ ਜੋੜਨ ਵਾਸਤੇ, ਸਰਕਾਰ ਦੇ ਦਮਨ ਨੂੰ ਜਿਹੜਾ ਸੀ ਉਹ ਰੋਕਣ ਲਈ, ਸਰਕਾਰ ਦੀਆਂ ਸਾਰੀਆਂ ਪਾਲਿਸੀਆਂ ਨੂੰ ਸਟੇਜਾਂ ਦੇ ਉੱਤੇ ਜਿਹੜਾ ਸੀ ਅਸੀਂ ਵਿਰੋਧ ਦੇ ਤੌਰ 'ਤੇ ਜਿਹੜੇ ਉਹ ਦਰਜ ਇੱਕ ਰੰਗਮੰਚ ਦੇ ਥਰੂ ਕਰਦੇ ਸਨ। ਉਦੋਂ ਨਾਟਕ ਖੇਡਣ ਦਾ, ਨਾਟਕ ਕਰਨ ਦਾ ਜਿਹੜਾ ਜ਼ਰੀਆ ਇੱਕ ਆਮ ਇੱਕ ਥੀਏਟਰ ਸੀ, ਜਿਵੇਂ ਚੰਡੀਗੜ੍ਹ ਦੇ ਅੰਦਰ ਟੈਗੋਰ ਥੀਏਟਰ ਹੈ ਅਤੇ ਭਾਅ ਜੀ ਦੀ ਗੱਲ ਹੈ ਕਿਸੇ ਵੀ ਟੈਗੋਰ ਥੀਏਟਰ ਦੇ ਉੱਤੇ ਕਦੇ ਵੀ ਜੁੱਤੀ ਪਾ ਕੇ ਨਹੀਂ ਸੀ ਕਿਸੇ ਨੂੰ ਜਾਣ ਦਿੰਦੇ, ਅਸੀਂ ਵੀ ਨਹੀਂ ਜਾਣਦੇ। ਉਹ ਕਹਿੰਦੇ ਸੀ ਵੀ ਇਹ ਸਾਡਾ ਮੰਦਿਰ ਹੈ। ਬਿਲਕੁਲ। ਜੇ ਤੁਸੀਂ ਸਿੱਖ ਇਤਿਹਾਸ ਵਾਲੇ ਗੁਰਦੁਆਰੇ ਜੁੱਤੀ ਪਾ ਕੇ ਨਹੀਂ ਜਾ ਸਕਦੇ, ਸਿਰ ਨੰਗੇ ਨਹੀਂ ਜਾ ਸਕਦੇ, ਮੰਦਿਰ ਦੇ ਵਿੱਚ ਕੋਈ ਬੰਦਾ ਸਿਰ ਨੰਗਾ ਨਹੀਂ ਜਾ ਸਕਦਾ, ਜੁੱਤੀ ਪਾ ਕੇ ਨਹੀਂ ਜਾ ਸਕਦਾ, ਅਤੇ ਇਹ ਸਾਡੇ ਰੰਗ ਕਰਮੀਆਂ ਦਾ ਮੰਦਿਰ ਹੈ। ਅੱਜ ਤਾਂ ਲੋਕ ਸਟੇਜ 'ਤੇ ਜੁੱਤੀਆਂ ਪਾ ਕੇ ਤੁਰੇ ਫਿਰਦੇ ਨੇ, ਟੈਗੋਰ ਥੀਏਟਰ 'ਚ ਵੀ ਜਾਂ ਹੋਰਨਾਂ ਸਾਰਿਆਂ 'ਚ ਵੀ, ਓਪਨ ਏਅਰ ਥੀਏਟਰਾਂ 'ਚ ਵੀ, ਅਤੇ ਭਾਅ ਜੀ ਗੁਰਸ਼ਰਨ ਨੇ ਕਦੀ ਕਿਸੇ ਨੂੰ ਜੁੱਤੀ ਪਾ ਕੇ ਉੱਤੇ ਨਹੀਂ ਸੀ ਜਾਣ ਦਿੱਤਾ। ਬਿਲਕੁਲ ਸਹੀ। ਸੋ ਉਹਨਾਂ ਦਿਨਾਂ 'ਚ ਸਾਨੂੰ ਜਿਹੜੀ ਉਹ ਚੇਟਕ ਜਿਹੜੀ ਆ ਭਾਅ ਜੀ ਨੇ ਜਿੱਥੇ ਥੀਏਟਰ ਨਾਲ ਜੋੜਿਆ ਉਹਦੇ ਨਾਲ ਨਾਲ ਸਾਡੀ ਜਿਹੜੀ ਸਿਆਸੀ ਸਮਝ ਸੀ, ਸਾਡੀ ਸੋਚ ਸੀ, ਉਹਦੇ ਅੰਦਰ ਵੀ ਬਹੁਤ ਵੱਡਾ ਇੱਕ ਸਾਡਾ ਜਿਹੜਾ ਸੀ ਉਹ ਗਿਆਨ ਸਾਨੂੰ ਜਿਹੜਾ ਉਹ ਦਿੱਤਾ ਜੀ। ਸੋ ਵਿਸ਼ਵ ਰੰਗ ਮੰਚ ਦੀਆਂ ਲੱਖ ਲੱਖ ਮੁਬਾਰਕਾਂ ਖੁੰਡ ਚਰਚਾ ਪ੍ਰੋਗਰਾਮ ਦੇ ਵਿੱਚ।
अज साडा विशा थिएटर है वर्ल्ड थिएटर डे पूरी दुनिया में मनाया जा रहा है और साडे वालों भी थिएटर डे दी लख लख मुबारक एक बार फिर खुण चर्चा प्रोग्राम में तुहाडा स्वागत करते हैं। मैं कुलवंत सिंह गिल ते मेरे नाल सीनियर पत्रकार सरदार निरंजन सिंह जी लहर साडे दोहां वालों प्यार भरी सत श्री अकाल। दोस्तों पाजी गुरशरण सिंह ने लिखा है कि मेरा रंगमंच केवल रंगमंच की खातर नहीं है, मैं नाटक ते रंग मंच नूं अपनी इनकलाबी सुनेहा देण लई वरतदा हाँ। मैं उच्चे सुर दी शैली सुचेत हो के वरतदा हाँ क्योंकि जिन्हां लोकां नूं मैं सुनेहा दे रहा हाँ उन्हां नूं इसे सुर दी लोड़ है। उच्ची सुर अपने आप विच कला दी घाट नहीं, उच्ची सुर वालिआं ने ही समाज बदले हन, नारा उही दिंदे हन जिन्हां कोल समाज बदलण दा संकल्प है, नारा अपने आप विच कला है। अजमेर औलख अपने नाटकों के पात्रों के भाषा बारे आखते हैं कि जिन्हों लोगों का नित का बांह डंगर नाल है वह जीवन की कठोरता में यह महसूस ही नहीं करते कि वह गाला कड़ रहे हैं। मेरे नाटकों के पात्र भी यही लोग हैं। मैं नाटक लिखने वेले ये नहीं वेखता कि यह नाटक विद्वान लोग सुनगे पढ़ने, सगों ये वेखता हाँ कि जिन्हों स्थितियों में खातर ये लोग घिरे हुए हैं उन्होंने स्थितियों में वह किमें तो किमें किहो जिहा बोलणगे। बहुत वड्डी गल है ਜਦੋਂ ਅਸੀਂ ਔਲਖ ਸਾਹਿਬ ਦਾ ਪਲੇ ਕਰਦੇ ਹੁੰਦੇ ਉਹ 'ਚ ਇੱਕ ਸਾਡਾ ਇੱਕ ਡਾਇਲੋਗ ਸੀ, ਕਹਿੰਦਾ ਓਏ ਕਹਿੰਦਾ ਪੈਰੀ ਪੈ ਜਾ ਚਾਹੇ ਸਰਾਣੀ ਪੈ ਜਾ ਪਰ ਚਿੱਤੜਤਾ ਵਿਚਾਲੀ ਆਉਣੇ ਨੇ। ਜੇ ਆਪਾਂ ਵੈਸੇ ਆਪਾਂ ਸ਼ਬਦ ਕਰੀਏ ਵੀ ਚਿੱਤੜਤਾ ਵਿਚਾਲੀ, ਚਿੱਤੜ ਬੜਾ ਅਜੀਬ ਜਿਹਾ ਸ਼ਬਦ ਹੈ, ਲੇਕਿਨ ਮਾਲਵੇ ਦੀ ਜਿਹੜੀ ਲੈਂਗੁਏਜ ਹੈ, ਮਾਲਵੇ ਦੀ ਜਿਹੜੀ ਸ਼ਬਦਾਂ ਦੀ ਕਠੋਰਤਾ ਹੈ ਉਹ ਪ੍ਰੋਫੈਸਰ ਅਜਮੇਰ ਸਿੰਘ ਔਲਖ ਸਾਹਿਬ ਨੇ ਬਾਖੂਬੀ ਪਹਿਚਾਣੀ। ਉਹਨਾਂ ਦਾ ਬਗਾਨੇ ਬੋਰਡ ਦੀ ਛਾਂ ਜਦੋਂ ਬੋਲ ਰੋਂਦੇ ਨੇ, ਅੰਨੇ ਨਿਸ਼ਾਨ ਜੀ, ਅਰਬਨ ਅਰਬਨ ਤੰਦੂਕਾਰਾ, ਗਾਨੀ, ਬਹੁਤ ਸਾਰੇ ਉਹਨਾਂ ਦੇ ਪਲੇ ਨੇ ਜਿਹੜੇ ਪਲੇਆਂ ਦੇ ਵਿੱਚ ਉਹਨਾਂ ਨੂੰ ਜਿਹਨੂੰ ਕਹਿ ਸਕਦੇ ਹਾਂ ਉਹ ਬਹੁਤ ਨੇੜੇ ਸੀ। ਸੋ ਆਪਾਂ ਕੁਛ ਥੀਏਟਰ ਰੰਗ ਕਰਮੀਆਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਮੈਂ ਫੋਨ ਸਭ ਤੋਂ ਪਹਿਲਾਂ ਮਿਲਾਉਣ ਜਾ ਰਿਹਾ ਉੱਘੇ ਨਾਟਕਕਾਰ ਨੇ ਸੰਜੀਵਨ ਜੀ, ਜਿਹਨੇ ਦੀ ਸਾਰੀ ਜ਼ਿੰਦਗੀ ਨਾਟਕਾਂ ਦੇ ਵਿੱਚ ਲੰਘ ਗਈ। ਉਹ ਖੁਦ ਆਪ ਬੜੇ ਨਾਟਕ ਆਪ ਬੜੇ ਰਾਈਟਰ ਨੇ, ਸਰਗੀ ਕਲਾ ਕੇਂਦਰ ਜਿਹੜਾ ਹੈਗਾ ਉਹ ਚਲਾਉਂਦੇ ਨੇ, ਔਰ ਮੋਹਾਲੀ ਵਿੱਚ ਮੈਨੂੰ ਵੀ ਇੱਕ ਨਾਟਕ ਖੇਡਣ ਦਾ ਉਹਨਾਂ ਦੇ ਨਾਲ ਮੌਕਾ ਲੱਗਿਆ। ਉਸ ਤੋਂ ਬਾਅਦ ਮੇਰੇ ਕੋਲ ਸਮਾਂ ਨਹੀਂ ਸੀ, ਉਹ ਤਾਂ ਮੈਨੂੰ ਯਾਦ ਕਰ ਜੀ। ਸੰਜੀਵਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬੀਬੀਸੀ ਟੋਰਾਂਟੋ ਦੇ ਵਿੱਚ। ਥੈਂਕ ਯੂ ਜੀ, ਮਿਹਰਬਾਨੀ। ਸਭ ਤੋਂ ਪਹਿਲਾਂ ਸਰ ਵਰਲਡ ਥੀਏਟਰ ਡੇ ਦੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਜੀ। ਤੁਹਾਨੂੰ ਸਭ ਨੂੰ ਜੀ, ਜਿਹੜੇ ਸਰੋਤੇ ਨੇ ਸੁਣਨ ਵਾਲੇ ਸਭ ਨੂੰ ਬਹੁਤ ਮੁਬਾਰਕਾਂ। ਸੰਜੀਵਨ ਜੀ ਕਿੰਨੀ ਖੁਸ਼ੀ ਹੁੰਦੀ ਹੈ ਜਿਹੜੇ ਰੰਗ ਮੰਚ ਨਾਲ ਅਸੀਂ ਇੰਨੇ ਸਾਲ ਤੋਂ ਜੁੜੇ ਹੋਏ ਹਾਂ, ਉਹ ਦਿਨ ਜਦੋਂ ਆਉਂਦਾ ਹੈ ਉਹਨੂੰ ਤੁਸੀਂ ਕਿਸ ਨਜ਼ਰੀ ਨਾਲ ਲੈਂਦੇ ਹੋ, ਕਿਸ ਵਿਲੱਖਣਤਾ ਦੇ ਨਾਲ ਲੈਂਦੇ ਹੋ? ਦੇਖੋ ਗਿੱਲ ਸਾਹਿਬ, ਮੇਰੇ ਮੁਤਾਬਕ ਜਿਹੜਾ ਆਪਣਾ ਹਰ ਦਿਨ ਹੈ, ਹਰ ਪਲ ਹੈ, ਉਹ ਰੰਗ ਮੰਚ ਦੇ ਰੰਗਕਰਮੀ ਲਈ, ਲੇਕਿਨ ਜਿਹੜਾ ਅੱਜ ਵਿਸ਼ੇਸ਼ ਦਿਹਾੜਾ ਹੈ ਰੰਗ ਮੰਚ, ਵਿਸ਼ਵ ਰੰਗ ਮੰਚ ਦਾ, ਸਾਰੇ ਸਾਰਾ ਸੰਸਾਰ ਦੇ ਰੰਗ ਕਰਮੀ ਕਲਾਕਾਰ ਇਸ ਜਿਹੜੇ ਦਿਹਾੜੇ ਨੂੰ ਬੜੇ ਉਤਸ਼ਾਹ ਨਾਲ ਮਨਾ ਰਹੇ ਨੇ, ਸੈਲੀਬ੍ਰੇਟ ਕਰਨਗੇ ਆਪਣੇ ਹਿਸਾਬ ਨਾਲ, ਤੇ ਇਹ ਬਹੁਤ ਅਹਿਮੀਅਤ ਰੱਖਦਾ ਹਰ ਰੰਗ ਕਰਮੀ ਲਈ, ਹਰ ਕਲਾਕਾਰ ਲਈ ਜੀ। ਸੰਜੀਵਨ ਜੀ, ਸਰਗੀ ਕਲਾ ਕੇਂਦਰ ਨੂੰ ਕਿੰਨੇ ਸਾਲ ਹੋ ਗਏ ਹੋਂਦ ਵਿੱਚ ਆਇਆ ਨੂੰ? ਸਰਗੀ ਕਲਾ ਕੇਂਦਰ ਜੀ 1991 ਚ ਹੋਂਦ ਚ ਆਇਆ ਸੀਗਾ ਜੀ, ਤੇ ਹੁਣ ਰਹਿ ਗਏ ਕਿੰਨੇ ਨਾਟਕ ਤੁਸੀਂ ਖੇਡ ਚੁੱਕੇ ਹੋ? ਤਕਰੀਬਨ 2.5 ਦਰਜਨ ਦੇ ਕਰੀਬ ਨਾਟਕ ਲਿਖ ਕੇ ਮੈਂ ਆਪਣੇ ਨਵੇਂ ਲਿਖ ਕੇ ਤੇ ਉਹਨਾਂ ਦੇ ਅਲੱਗ ਅਲੱਗ ਥਾਵਾਂ ਤੇ ਮੰਚਨ ਕਰ ਚੁੱਕਿਆ ਹੁਣ ਤੱਕ, ਕੈਨੇਡਾ ਵੀ, ਹਿੰਦੁਸਤਾਨ ਚ ਵੀ, ਸਾਰੇ ਪਾਸੇ, ਪੰਜਾਬ ਚ ਵੀ ਜੀ 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 ਤੇ ਸੰਜੀਵਨ ਜੀ ਕਦੇ ਇਹ ਨਾਟਕ ਜਿਹੜੇ ਨੇ ਇਹ ਨਾਟਕ ਕਦੇ ਵਿਦੇਸ਼ਾਂ ਦੇ ਕਿਹੜੇ ਕਿਹੜੇ ਦੇਸ਼ਾਂ ਦੀ ਤੁਸੀਂ ਜਿਹੜੀ ਆ ਉਹ ਪੇਸ਼ਕਾਰੀ ਕਰ ਚੁੱਕੇ ਹੋ ਨਾਟਕਾਂ ਦੀ? ਮੈਂ ਕੈਨੇਡਾ ਕੀਤਾ ਸੀ ਜੀ ਨਾਟਕ, ਐਡਮਿੰਟਨ ਤੇ ਕੈਲਗਰੀ ਫ੍ਰੀਡਮ ਫਾਈਟਰ ਸੀ ਮੇਰਾ ਪਲੇ, ਉਹ ਕਾਫੀ ਉੱਥੋਂ ਦੀ ਟੀਮ ਸੀ ਸਾਰੀ, ਜਗਿੰਦਰ ਰੰਧਾਵਾ, ਬਖਸ਼ ਭੈਣ ਹੋਣੀ, ਸਾਰੇ ਰਲ ਕੇ, ਜਸਵੀਰ ਦਿਓਲ ਰਲ ਕੇ, ਸਾਰਾ ਅਸੀਂ ਉੱਥੇ ਸ਼ੋਅ ਕੀਤੇ ਸੀ, ਮੈਂ ਸਿਰਫ ਇਕੱਲਾ ਗਿਆ ਸੀ ਉੱਥੇ, ਬਾਕੀ ਟੀਮ ਉੱਥੋਂ ਦੀ ਸੀ ਜੀ। ਸੰਜੀਵਨ ਜੀ ਇੱਕ ਸਭ ਤੋਂ ਵੱਡੀ ਗੱਲ ਹੈ ਵੀ ਇੰਨੇ ਵਰੇ ਹੋ ਗਏ, ਇੰਨੇ ਸਾਲ ਹੋ ਗਏ, ਥੀਏਟਰ ਨੂੰ ਬਣਦਾ ਮਾਣ ਸਤਿਕਾਰ ਜਾਂ ਫਾਈਨੈਂਸ਼ੀਅਲੀ ਤੌਰ 'ਤੇ ਜਾਂ ਆਪਾਂ ਮਾਨਸਿਕ ਤੌਰ 'ਤੇ ਜਾਂ ਸਰਕਾਰਾਂ ਵੱਲੋਂ ਉਹ ਪ੍ਰੋਪਰ ਮੰਜ਼ਿਲ ਮੁਕਾਮ ਕਿਉਂ ਨਹੀਂ ਮਿਲ ਸਕਿਆ? ਕਾਰਨ ਕੀ ਅਸੀਂ ਸੰਘਰਸ਼ ਹੀ ਨਹੀਂ ਕਰਿਆ ਜਾਂ ਸਰਕਾਰਾਂ ਨੇ ਜਾਂ ਲੋਕਾਂ ਨੇ ਸਾਡੀ ਗੱਲ ਹੀ ਨਹੀਂ ਸੁਣੀ? ਇਹ ਗਿੱਲ ਸਾਹਿਬ ਇਸ ਤਰ੍ਹਾਂ ਗੱਲ ਹੈ ਵੀ ਜਿਹੜਾ ਨਾਟਕ ਹੈ ਜੀ, ਨਾਟਕ ਦਾ ਡੰਗ ਬੜਾ ਤਿੱਖਾ ਹੈ, ਇਹਦਾ ਅਸਰ ਬਹੁਤ ਹੈ
ਇਹ ਜਿਹੜਾ ਅਸਰ ਹੈ ਇਹ ਸਰਕਾਰਾਂ ਨੂੰ ਮੁਆਫਕ ਨਹੀਂ ਆਉਂਦਾ ਕਿਉਂਕਿ ਕਿਉਂਕਿ ਰੰਗ ਮੰਚ ਨੇ ਲੋਕਾਂ ਦੀ ਗੱਲ ਕਰਨੀ ਹੈ, ਲੋਕਾਈ ਦੀ ਗੱਲ ਕਰਨੀ ਹੈ, ਤੇ ਨਾਟਕ ਦੇਖ ਕੇ ਲੋਕ ਸਿਆਣੇ ਹੁੰਦੇ ਨੇ, ਸੂਝਵਾਨ ਹੁੰਦੇ ਨੇ, ਜਿਹੜੇ ਸਾਡੀਆਂ ਸਰਕਾਰਾਂ ਹੈ, ਸਾਡੇ ਹਾਕਮ ਨੇ, ਉਹਨਾਂ ਨੂੰ ਸੂਝਵਾਨ ਲੋਕ ਪਸੰਦ ਨਹੀਂ, ਦੁਬਾਰਾ ਨਹੀਂ ਖਾਂਦੇ। ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਆਪਣੇ ਨਾਟਕਾਂ ਦੇ ਰਾਹੀਂ। ਇਸ ਨਾਟਕ ਦਾ ਸੀਗਾ ਸਬਜੈਕਟ ਜਿਹੜੀ ਗਾਇਕੀ ਹੈ, ਜਿਹੜੀ ਨਜ਼ਰ ਗਾਇਕੀ ਹੈ, ਹੈ ਨਾ, ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਹੈ, ਉਸ ਉਸ ਗਾਇਕੀ ਦਾ ਸਾਡੇ ਸਮਾਜ ਤੇ ਸਾਡੇ ਨੌਜਵਾਨਾਂ ਤੇ ਕੀ ਅਸਰ ਹੈ ਜੀ? ਤੇ ਸੰਜੀਵਨ ਜੀ ਕੀ ਸੰਦੇਸ਼ ਕੀ ਦੇਣਾ ਚਾਹੁੰਦੇ ਥੀਏਟਰ ਡੇ ਤੇ ਇਸ ਸਮੇਂ ਤੁਸੀਂ ਲੋਕਾਂ ਨੂੰ ਜਿਹੜੇ ਨਰੰਗ ਕਰਮੀ? ਸੰਦੇਸ਼ ਦਾ ਮੈਂ ਖੈਰ ਜੇ ਯੋਗ ਹੈ ਨਹੀਂ, ਮੈਂ ਤਾਂ ਸਿਰਫ ਆਪਣਾ ਆਪਣੀ ਸਲਾਹ ਦੇ ਸਕਦਾ ਸਾਰੇ ਰੰਗ ਕਰਮੀਆਂ ਨੂੰ, ਤੁਹਾਡੇ ਸਰੋਤਿਆਂ ਨੂੰ, ਵੀ ਕਦੇ ਨਿਰਾਸ਼ਾਵਾਦ ਦੀ ਸੋਚ ਨਹੀਂ ਰੱਖਣੀ, ਹਮੇਸ਼ਾ ਉਤਸ਼ਾਹ 'ਚ ਰਹਿਣਾ ਹੈ। ਹਾਲਾਂਕਿ ਜਿਹੜਾ ਜਿਹੜਾ ਕਿਸਾਨ ਅੰਦੋਲਨ ਹੈ, ਇਹਨੇ ਇਹਨੇ ਸਾਡੇ ਸਾਡੇ ਸਾਰੇ ਸਮਾਜ 'ਚ ਨੂੰ ਵੀ ਰੂਹ ਫੁੱਕੀ ਹੈ, ਚਾਹੇ ਉਹ ਚਾਹੇ ਰੰਗ ਕਰਮੀ ਹੋਣ, ਚਾਹੇ ਨੌਜਵਾਨ ਹੋਣ, ਅਤੇ ਉਦੋਂ ਸੇਧ ਲੈਂਦੇ ਹੋਏ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ, ਅਤੇ ਹਮੇਸ਼ਾ ਉਸਾਰੂ ਸੋਚੋ, ਲੋਕਾਂ ਦੀ ਗੱਲ ਕਰੋ, ਲੋਕਾਈ ਦੀ ਗੱਲ ਕਰੋ, ਆਪਣੀ ਸਰਗੀ ਕਲਾ ਕੇਂਦਰ ਦਾ ਵੀ ਕੀ ਰੋਲ ਰਿਹਾ ਉੱਥੇ ਜਾ ਕੇ? ਕੋਈ ਨੁੱਕੜ ਨਾਟਕ ਜਾਂ ਕੋਈ ਨਾਟਕ ਜਾਂ ਕੋਈ ਹੋਰ ਪੇਸ਼ਕਾਰੀ ਕੀਤੀ ਜਿਹਦੇ ਨਾਲ ਲੋਕਾਂ 'ਚ ਹੋਰ ਵੀ ਜਾਗਰੂਕਤਾ ਪੈਦਾ ਹੋਵੇ? ਅਸੀਂ ਜੀ ਸਰਗੀ ਕਲਾ ਕੇਂਦਰ ਵੱਲੋਂ ਵੀ ਤੇ ਇਪਟਾ ਵੱਲੋਂ ਵੀ, ਖਾਸ ਤੌਰ ਤੇ ਇਪਟਾ ਵੱਲੋਂ, ਇਪਟਾ ਪੰਜਾਬ ਵੱਲੋਂ, ਕਿਹਾ ਜਿੰਨੇ ਸਾਡੀ ਇਪਟਾ 'ਚ ਹਿੰਦੁਸਤਾਨ ਦੀਆਂ ਇਕਾਈਆਂ ਸਾਰੇ ਸਾਰੇ ਇਸ ਸੰਘਰਸ਼ 'ਚ ਵੱਲ ਚੜ੍ਹ ਕੇ ਸ਼ਮੂਲੀਅਤ ਕਰ ਰਹੇ ਨੇ, ਅਤੇ ਸਾਡੇ ਸਾਡੇ ਕਈ ਸ਼ਹਿਰਾਂ ਦੀਆਂ ਇਕਾਈਆਂ ਉੱਥੇ ਲਗਾਤਾਰ ਨੁੱਕੜ ਨਾਟਕ ਕਰ ਰਹੀਆਂ ਆਪਣੀ ਆਪਣੀ ਉਸਾਰੂ ਗਾਇਕੀ ਰਾਹੀਂ, ਆਪਣੇ ਜਿਹੜੇ ਆਪਣੇ ਸੇਧ ਲੈਂਦੇ ਹੋਏ ਸੰਘਰਸ਼ ਤੋਂ ਆਪਣੀ ਗੱਲ ਰੱਖ ਰਹੇ ਨੇ। ਇੱਕ ਮੈਂ ਹੋਰ ਸਵਾਲ ਸੀ ਮੇਰਾ ਵੀ ਸਿਮਨ ਜੀ, ਜਿਵੇਂ ਤੁਸੀਂ ਹੁਣ ਮੋਹਾਲੀ 'ਚ ਵਿਚਰਦੇ ਹੋ, ਤੁਹਾਡੀ ਸੁਸਾਇਟੀ ਜਿਹੜੀ ਹੈ ਸਰਗੀ ਕਲਾ ਕੇਂਦਰ ਮੋਹਾਲੀ ਓਪਰੇਟ ਕਰਦੀ ਹੈ, ਤਾਂ ਮੋਹਾਲੀ ਦੇ ਅੰਦਰ ਮੈਨੂੰ ਇਹ ਪਤਾ ਉਦੋਂ ਲੱਗਾ ਸੀ ਵੀ ਤੁਸੀਂ ਕੋਈ ਯਤਨ ਕੀਤਾ ਸੀ, ਸਾਡਾ ਇੱਥੇ ਜੇ ਬਾਕੀਆਂ ਦੇ ਕਿਸੇ ਦਾ ਮੰਦਰ ਆ, ਕਿਸੇ ਦੀ ਮਸੀਤ ਆ, ਗੁਰਦੁਆਰਾ ਸਾਰੇ ਹੈ, ਪਰ ਆਪਣੇ ਰੰਗ ਕਰਮੀਆਂ ਵਾਸਤੇ ਮੋਹਾਲੀ ਦੇ ਅੰਦਰ ਕੋਈ ਇਹੋ ਜਿਹਾ ਓਪਨ ਏਅਰ ਥੀਏਟਰ ਨਾ ਬਣਿਆ, ਅਤੇ ਨਾ ਹੀ ਇਹਨਾਂ ਨੇ ਕੋਈ ਪੰਜਾਬ ਸਰਕਾਰ ਨੇ ਕੋਈ ਇੱਦਾਂ ਦਾ ਉਪਰਾਲਾ ਕੀਤਾ ਕਿ ਸਰਗੀ ਕਲਾ ਕੇਂਦਰ ਵੱਲੋਂ ਜਾਂ ਹੋਰ ਸਮੁੱਚੀਆਂ ਜਿਹੜੀਆਂ ਸਾਡੀਆਂ ਮੋਹਾਲੀ ਦੇ ਅੰਦਰ ਜਥੇਬੰਦੀਆਂ ਕਲਚਰ ਫਰੰਟ 'ਤੇ ਕੰਮ ਕਰਦੀਆਂ, ਉਹਨਾਂ ਦੇ ਕੀਤੇ ਯਤਨ ਦਾ ਕੋਈ ਹੈ ਇਹੋ ਜਿਹਾ ਵੀ ਕੋਈ ਇੱਥੇ ਕੋਈ ਬਣ ਰਿਹਾ ਹੋਵੇ, ਥੀਏਟਰ ਬਣ ਰਿਹਾ ਹੋਵੇ, ਓਪਨ ਏਅਰ ਥੀਏਟਰ ਬਣ ਰਿਹਾ ਹੋਵੇ ਜਿੱਥੇ ਸਿਰਫ ਰੰਗ ਕਰਮੀ ਅਤੇ ਸਾਡੀਆਂ ਸੱਭਿਆਚਾਰਕ ਗਤੀਵਿਧੀਆਂ ਜਿਹੜੀਆਂ ਉਹ ਚਾਲੂ ਰਹਿਣ? ਅਸੀਂ ਜੇਲ੍ਹ ਸਾਹਿਬ ਬਹੁਤ ਦੇਰ ਤੋਂ ਅਤੇ 25-30 ਸਾਲ ਤੋਂ ਕੋਸ਼ਿਸ਼ ਕਰਦੇ ਆ ਰਹੇ ਹਾਂ ਜਿਹੜੇ ਕਲਚਰ ਫੇਅਰ ਨੂੰ ਪੰਜਾਬ ਸਰਕਾਰ ਨੂੰ ਲਿਖਤੀ ਤੌਰ 'ਤੇ ਮਿਲ ਕੇ ਬੇਨਤੀਆਂ ਕਰ ਚੁੱਕੇ ਹਾਂ ਵੀ ਜਿਸ ਤਰ੍ਹਾਂ ਚੰਡੀਗੜ੍ਹ ਟੈਗੋਰ ਥੀਏਟਰ ਹੈ ਜਾਂ ਪੰਜਾਬ ਆਰਟ ਕੌਂਸਲ ਹੈ ਉਸ ਪੈਟਰਨ 'ਤੇ ਮੋਹਾਲੀ 'ਚ ਵੀ ਕੋਈ ਇਹੋ ਜਿਹਾ ਆਡੀਟੋਰੀਅਮ ਓਪਨ ਥੀਏਟਰ ਹੋਵੇ, ਅਤੇ ਇੱਕ ਵਾਰ ਜਗ੍ਹਾ ਅਲੋਟ ਵੀ ਹੋਈ ਸੀ YPS ਸਕੂਲ ਕੋਲ, ਕਲਚਰ ਫੇਅਰ ਨੇ ਜਗ੍ਹਾ ਅਕੁਆਇਰ ਕਰ ਲਈ ਸੀ ਪਰ ਫਿਰ ਉਹਨਾਂ ਨੇ ਛੱਡਤਾ ਆਈਡੀਆ, ਤੇ ਉਹੀ ਮੈਂ ਉਹੀ ਫੇਰ ਗੱਲ ਦੁਹਰਾਊਂਗਾ ਕਿਉਂਕਿ ਜਦੋਂ ਜੇ ਆਪਣੇ ਇਸ ਕਿਸਮ ਦੇ ਜਾਂ ਢਾਂਚੇ ਖੜੇ ਕਰਤੇ ਸਰਕਾਰ ਨੇ ਓਪਨ ਥੀਏਟਰ ਜਾਂ ਆਡੀਟੋਰੀਅਮ, ਉਹ 'ਚ ਫੇਰ ਲੋਕਾਂ ਦੀ ਗੱਲ ਹੋਊ, ਸਿਆਣੇ ਗੱਲਾਂ ਹੋਣਗੀਆਂ, ਉਹ ਸਾਡੇ ਹੱਕ ਨੂੰ ਦੁਬਾਰਾ ਨਹੀਂ ਖਾਂਦੀਆਂ ਸਰਕਾਰ ਨੂੰ ਭਾਰੀ, ਇਸ ਲਈ ਹਾਂ ਜੀ ਹਾਂ ਭਾਰੀ ਪੈਣਗੀਆਂ, ਤੇ ਇਸ ਲਈ ਸਰਕਾਰਾਂ ਚਾਹੁੰਦੀਆਂ ਹੀ ਨਹੀਂ ਕਿ ਕਿਤੇ ਓਪਨ ਥੀਏਟਰ ਹੋਵੇ ਜਾਂ ਆਡੀਟੋਰੀਅਮ ਹੋਣ ਜਾਂ ਇਸ ਕਿਸਮ ਦੀਆਂ ਗੱਲਾਂ ਹੋਣ ਜਿੱਥੇ ਲੋਕਾਂ ਨੂੰ ਕੋਈ ਸੇਧ ਦੇ ਨਾਲ ਗੱਲ ਹੋ ਸਕੇ। ਸੰਜੀਵਨ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਕੀਮਤੀ ਸਮਾਂ ਕੱਢਿਆ ਸਾਡੇ ਲਈ। ਜੀ ਮਿਹਰਬਾਨੀ ਜੀ ਸਾਹਿਬ, ਥੈਂਕ ਯੂ ਸਾਹਿਬ, ਤੁਹਾਡੇ ਸਰੋਤਿਆਂ ਦਾ ਵੀ ਬਹੁਤ ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਉੱਘੇ ਨਾਟਕਕਾਰ ਅਤੇ ਰਾਈਟਰ, ਚਿੰਤਕ ਵੀ ਨੇ, ਬੁੱਧੀਜੀਵੀ ਵੀ ਨੇ, ਸੰਜੀਵਨ ਜੀ, ਜਿਨ੍ਹਾਂ ਦਾ ਸਰਗੀ ਕਲਾ ਕੇਂਦਰ 1990 ਤੋਂ ਸਟਾਰਟ ਕੀਤਾ ਹੋਇਆ, ਪਰ ਮੈਨੂੰ ਵੀ ਇਹਨਾਂ ਨਾਲ ਇੱਕ ਨਾਟਕ ਖੇਡਣ ਦਾ ਮੌਕਾ ਲੱਗਿਆ ਸੀ, ਬੜਾ ਲੋਕਾਂ ਨੇ ਪਸੰਦ ਕਰਿਆ ਸੀ,
टैगोर थिएटर ਵਿੱਚ ਸਾਡੀ ਪੇਸ਼ਕਾਰੀ ਸੀ। ਵੈਸੇ ਲਹਿਰ ਸਾਹਿਬ ਇੱਕ ਹੋਰ ਸਭ ਤੋਂ ਵੱਡੀ ਗੱਲ ਕੀ ਹੈ, ਹਾਂਜੀ ਹਾਂਜੀ, ਵੀ ਨਾਟਕ ਇੱਕ ਐਸਾ ਮਾਧਿਅਮ, ਵਾਕਈ ਸੱਚੀ ਗੱਲ ਹੈ ਸੰਜੀਵਨ ਦੀ, ਵੀ ਨਾਟਕ ਦੇ ਨਾਲ ਲੋਕਾਂ ਨੂੰ ਬਹੁਤ ਬਾਖੂਬੀ ਜਗਾਇਆ ਜਾ ਸਕਦਾ, ਕਿਉਂਕਿ ਜਗਾਇਆ ਜਾ ਸਕਦਾ ਔਰ ਉਸ ਤੋਂ ਬਾਅਦ ਲੋਕਾਂ ਨੂੰ ਸਰਕਾਰ ਦੇ ਖਿਲਾਫ ਭੜਕਾਇਆ ਜਾ ਸਕਦਾ। ਨਹੀਂ ਭੜਕਾਇਆ ਨਹੀਂ ਕਹਿ ਸਕਦੇ ਆਪਾਂ, ਇਸੇ ਕਰਕੇ ਨਹੀਂ ਦੇਖੋ ਗੱਲ, ਜਾਗਰੂਕ ਕੀਤਾ ਜਾਂਦਾ ਸਰਕਾਰ ਦੀਆਂ ਜਨਤਾ, ਜਦੋਂ ਜਨਤਾ ਜਾਗ ਗਈ ਤਾਂ ਨੇਚਰੀ ਗੱਲ ਹੈ ਵੀ ਸਭ ਤੋਂ ਅੱਜ ਦੇ ਇਤਿਹਾਸ ਵਿੱਚ ਜਾਂ ਸਮਾਜ 'ਚ ਸਭ ਤੋਂ ਭ੍ਰਿਸ਼ਟ ਲੋਕ ਨੇ ਲੀਡਰ ਔਰ ਲੀਡਰਾਂ ਦੇ ਪਿੱਛੇ ਆਪਾਂ ਪੈ ਜਾਂਗੇ, ਬਿਲਕੁਲ, ਤਾਂ ਕਰਕੇ ਸੋ ਵਰਲਡ ਥੀਏਟਰ ਡੇ 'ਤੇ ਜੀ ਹੈਲਨ ਦਾ ਰੰਗ ਕਰਮੀ ਸਾਥੀ ਹੈ ਸਾਹਿਬ ਸਿੰਘ, ਜਿਹੜੇ ਕਿ ਬੜੇ ਪ੍ਰਸਿੱਧ ਉੱਘੇ ਰਾਈਟਰ ਨੇ, ਬੜੀਆਂ ਫਿਲਮਾਂ ਇਹਨਾਂ ਦੀਆਂ ਆਈਆਂ ਨੇ, ਬਹੁਤ ਲੰਬਾ ਸਮਾਂ ਥੀਏਟਰ ਨਾਲ ਜੁੜੇ ਹੋਏ ਨੇ ਸਾਹਿਬ ਸਿੰਘ ਜੀ ਔਰ ਰਾਈਟਰ ਵੀ ਨੇ ਬਹੁਤ ਵਧੀਆ, ਡਾਕਟਰ ਸਾਹਿਬ ਸਿੰਘ ਨੇ PhD ਇਹਨਾਂ ਨੇ ਕੀਤੀ ਹੋਈ ਹੈ, ਇਹਨਾਂ ਦੀ ਮਿਸਿਜ ਵਾਈਫ ਉਹ ਵੀ ਰੰਗਮੰਚ ਨਾਲ ਹੈ, ਬੱਚੇ ਵੀ ਰੰਗਮੰਚ ਦੇ ਨਾਲ ਹੈ। ਇਹਨਾਂ ਨੇ ਟਵਿੱਟ ਕੀਤਾ ਸੋਸ਼ਲ ਮੀਡੀਆ 'ਤੇ, ਵਿਸ਼ਵ ਰੰਗਮੰਚ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦੋਸਤੋ, ਅੱਜ ਇੰਗਲੈਂਡ ਦੀ ਅਦਾਕਾਰਾ ਹੈਲਨ ਮਿਰਨ ਵੱਲੋਂ ਦਿੱਤੇ ਹੋਏ ਸੰਦੇਸ਼ ਵਿੱਚ ਇਹ ਗੱਲ ਸਪਸ਼ਟ ਆਖੀ ਗਈ ਹੈ, ਕਿਉਂਕਿ ਰੰਗਮੰਚ ਮੁਸੀਬਤਾਂ ਨਾਲ ਜੂਝਣਾ ਜਾਣਦਾ ਹੈ, ਇਸ ਲਈ ਲੋਕਡਾਊਨ ਵਰਗੀ ਮੁਸ਼ਕਲ ਸਥਿਤੀ ਵਿੱਚ ਵੀ ਰੰਗ ਕਰਮੀਆਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਸਮਾਂ ਛੇਤੀ ਆਵੇਗਾ ਜਦੋਂ ਅਸੀਂ ਪੂਰੀ ਤਰ੍ਹਾਂ ਆਪਣੇ ਦਰਸ਼ਕਾਂ ਦੇ ਸਾਹਮਣੇ ਨਜ਼ਰ ਆਵਾਂਗੇ। ਧੰਨਵਾਦ ਹੈਲਨ, ਸਾਡੇ ਦਿਲ ਦੀ ਗੱਲ ਛੂਹਣ ਵਾਸਤੇ, ਅਸੀਂ ਆਪਣੇ ਮਿਹਨਤਕਸ਼ ਲੋਕਾਂ ਦੇ ਨਾਲ ਖੜ੍ਹੇ ਹਾਂ ਅਤੇ ਪੂਰੀ ਤਰ੍ਹਾਂ ਆਪਣਾ ਰੰਗਮੰਚ ਲੈ ਕੇ ਹਾਜ਼ਰ ਹਾਂ, ਆਪਣੇ ਲੋਕਾਂ ਦੇ ਨਾਲ ਖੜ੍ਹੇ ਹਾਂ ਅਤੇ ਹਮੇਸ਼ਾ ਖੜ੍ਹੇ ਰਹਾਂਗੇ। ਮੋਰਚਿਆਂ ਵਿੱਚ ਡਟੇ ਰੰਗਮੰਚ ਨੂੰ ਪ੍ਰੇਮ ਕਰਨ ਵਾਲੇ ਯੋਧਿਓ, ਤੁਹਾਨੂੰ ਵੀ ਵਿਸ਼ਵ ਰੰਗਮੰਚ ਦਿਵਸ ਦੀਆਂ ਮੁਬਾਰਕਾਂ, ਤੁਸੀਂ ਰੰਗਮੰਚ ਨੂੰ ਆਪਣਾ ਸਮਝਦੇ ਹੋ, ਇਹ ਗਲਵੱਕੜੀ ਬਣੀ ਰਹੇਗੀ ਅੱਜ ਦੇ ਦਿਹਾੜੇ 'ਤੇ, ਇਹ ਸਾਡਾ ਆਹਦ ਹੈ। ਹੈਲਨ ਦਾ ਰੰਗ ਕਰਮੀ ਸਾਥੀ ਡਾਕਟਰ ਸਾਹਿਬ ਸਿੰਘ, ਸਾਹਿਬ ਸਿੰਘ ਨੇ ਸੋਸ਼ਲ ਮੀਡੀਆ 'ਤੇ ਫੇਸਬੁੱਕ 'ਤੇ ਆਪਣੇ ਪੇਜ ਦੇ ਉੱਪਰ ਪਾਇਆ, ਮੈਂ ਉਹਨਾਂ ਦੇ ਫੇਸਬੁੱਕ ਤੋਂ ਪੇਜ ਤੋਂ ਇਹ ਗੱਲਾਂ ਚੋਰੀ ਕਰ ਲਈਆਂ ਬੋਲਣ ਵਾਸਤੇ, ਕਿਉਂਕਿ ਮੈਨੂੰ ਅੱਛੀਆਂ ਲੱਗੀਆਂ, ਕਿਉਂਕਿ ਸਾਹਿਬ ਸਿੰਘ ਇੱਕ ਇੰਨਾ ਕੁ ਵੱਡਾ ਚਿੰਤਕ ਹੈ, ਇੰਨਾ ਕੁ ਵੱਡਾ ਰੰਗ ਕਰਮੀ ਹੈ, ਅੱਜ ਉਹ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ ਔਰ ਪੂਰੀ ਦੁਨੀਆ ਦੇ ਵਿੱਚ ਡਾਕਟਰ ਸਾਹਿਬ ਸਿੰਘ ਦੀਆਂ ਲਿਖਤਾਂ, ਉਹਨਾਂ ਦੀਆਂ ਛੋਟੀਆਂ ਫਿਲਮਾਂ, ਉਹਨਾਂ ਦੀਆਂ ਵੱਡੀਆਂ ਫਿਲਮਾਂ, ਉਹ ਟੈਲੀਵਿਜ਼ਨ 'ਤੇ ਵੱਖ ਵੱਖ ਚੈਨਲਾਂ 'ਤੇ ਬ੍ਰੌਡਕਾਸਟ ਹੁੰਦੀਆਂ ਨੇ, ਵਰਲਡ ਪ੍ਰੀਮੀਅਰ ਲੱਗਦੇ ਨੇ, ਉਹਦਾ ਕਾਰਨ ਕੀ ਹੈ? ਡਾਕਟਰ ਸਾਹਿਬ ਸਿੰਘ ਜਿਹੜੀ ਲੇਖਣੀ ਹੈ ਜਾਂ ਡਾਕਟਰ ਸਾਹਿਬ ਸਿੰਘ ਦੇ ਸਕਰੀਨ ਪਲੇ, ਡਾਇਲੋਗ ਡਿਲੀਵਰੀ ਹੈ, ਬਹੁਤ ਅੱਛੀ ਔਰ ਬਹੁਤ ਮਿਆਰੀ ਹੈ, ਬਿਲਕੁਲ ਜੀ ਬਿਲਕੁਲ। ਇਸੇ ਕਰਕੇ ਅੱਜ ਰੰਗ ਕਰਮੀ ਡਾਕਟਰ ਸਾਹਿਬ ਸਿੰਘ ਦਾ ਨਾਮ ਬੜੀ ਸ਼ਾਂਤੀ ਨਾਲ ਕਰਨਾ ਆਪਾਂ ਲੈਂਦੇ ਹਾਂ। ਇਹ ਉਹ ਲੋਕ ਨੇ ਆਪਣਾ ਲਹਿਰ ਸਾਹਿਬ, ਜਿਹਨਾਂ ਲੋਕਾਂ ਨੇ ਸਾਡੇ ਸਮਾਜ ਨੂੰ ਬਚਾਇਆ ਹੋਇਆ, ਸਭ ਤੋਂ ਵੱਡੀ ਗੱਲ ਇਹ ਹੈ। ਇਹ ਜਿਹੜੀ ਹੈ ਨਾ ਗਰਾਊਂਡ, ਜਿਹਨੂੰ ਕਹਿ ਦਿੰਦੇ ਆਪਾਂ, ਜ਼ਮੀਨੀ ਗੱਲਾਂ ਨਾਲ ਜੁੜੇ ਹੋਏ ਨੇ ਜੀ ਜੀ, ਕਿਉਂਕਿ ਇਹਨਾਂ ਨੇ ਉਹ ਸਾਰੇ ਸੰਘਰਸ਼ ਜਿਹੜੇ ਨੇ ਜੇ ਸਾਰੀਆਂ ਜਿਹੜੀਆਂ ਲਹਿਰਾਂ ਨੇ ਆਪ ਹੰਡਾਏ, ਉਹ ਆਪ ਹੰਡਾਈਆਂ ਹੋਈਆਂ, ਬਿਲਕੁਲ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜੀ ਸਾਡੇ ਰੰਗ ਕਰਮੀਆਂ ਦੀ ਸਭ ਤੋਂ ਜ਼ਿਆਦਾ ਜਿਹੜੀ ਰਣ ਭੂਮੀ ਸੀ ਜਾਂ ਜਿੱਥੇ ਅਸੀਂ ਮਤਲਬ ਵਿਚਰਦੇ ਸਾਂ, ਉਹ ਸਾਡੀ ਇਨਕਲਾਬੀ ਲਹਿਰ ਸੀ ਜੀ। 1978 ਤੋਂ 75 ਤੋਂ ਲੈ ਕੇ ਇਹ 1984-85 ਤੱਕ ਦੀ ਜਿਹੜੀ ਲਹਿਰ ਸੀ, ਇੱਕ ਲੰਮਾ ਜਿਹੜਾ 8-10 ਸਾਲ ਦਾ ਜਿਹੜਾ ਦੌਰ ਸੀਗਾ ਉਹ ਅਸੀਂ ਆਪਣੇ ਪਿੰਡਿਆਂ 'ਤੇ ਹੰਡਾਇਆ, ਬਿਲਕੁਲ। ਅਤੇ ਉਦੋਂ ਇਸ ਰੰਗ ਕਰਮੀ, ਕਿਉਂਕਿ ਉਸ ਵੇਲੇ ਸਾਡੇ ਕੋਲ ਹੋਰ ਤਾਂ ਕੋਈ ਸਾਧਨ ਨਹੀਂ ਸੀ, ਅਤੇ ਲੋਕਾਂ 'ਚ ਜਾਣ ਦਾ, ਲੋਕਾਂ ਨੂੰ ਜਾਗਰੂਕ ਕਰਨ ਦਾ, ਸਰਕਾਰ ਦੇ ਖਿਲਾਫ਼ ਇੱਕ ਮੂਵਮੈਂਟ ਨੂੰ ਵਿੱਢਣ ਦਾ ਇੱਕ ਸਾਡੇ ਕੋਲ ਜਿਹੜਾ ਇਹ ਸਟੇਜ ਸੀ, ਇੱਕ ਰੰਗ ਮੰਚ ਸੀ। ਅਸੀਂ, ਮੈਂ ਤੈਨੂੰ ਯਾਦ ਕਰਾਉਂਦਾ ਵੀ ਉਸ ਵੇਲੇ ਕੋਈ ਹੋਰ ਸਾਧਨ ਤਾਂ ਨਹੀਂ ਸੀ ਹੁੰਦੇ, ਅਤੇ ਅਸੀਂ ਕੀ ਕਰਦੇ ਸਾਂ, ਸਾਡੇ ਕੋਲ ਬੋਰੀਆਂ 'ਚ ਅਸੀਂ ਸਮਾਨ ਪਾਇਆ ਹੋਣਾ, ਅਤੇ ਗੱਡਿਆਂ ਦੇ ਪਿੰਡਾਂ 'ਚੋਂ ਅਸੀਂ ਕੀ ਕਰਨਾ, ਪਿੰਡਾਂ 'ਚ ਗੱਡੇ ਦੋ ਜੋੜ ਲੈਣੇ, ਦੋ ਗੱਡੇ ਜੋੜ ਕੇ ਇੱਕ ਸਪੀਕਰ ਵਾਲੇ ਨੂੰ ਕਹਿਣਾ ਵੀ 3 ਰੁਪਏ 5 ਜਾਂ 10 ਰੁਪਏ ਤੈਨੂੰ ਦਿਆਂਗੇ। ਉਦੋਂ 5-10 ਰੁਪਏ ਦਾ ਮੁੱਲ ਬਹੁਤ ਹੁੰਦਾ ਸੀ, ਤਾਂ ਉਹ ਗੱਡੇ ਜੋੜ ਕੇ ਅਸੀਂ ਉੱਥੇ ਜਿਹੜੀ ਆ ਸਟੇਜ ਲੋਕਾਂ ਨਾਲ ਸਾਂਝੀ ਕਰਨੀ, ਅਤੇ ਅਸੀਂ ਉੱਥੇ ਜਿਹੜੇ ਨਾਟਕ ਉਹ ਖੇਡਣੇ, ਜੇ ਧਾਰਮਿਕ, ਪਹਿਲਾਂ ਤਾਂ ਅਸੀਂ ਕੋਸ਼ਿਸ਼ ਕਰਨਾ ਕਿ ਧਾਰਮਿਕ ਨਾਟਕਾਂ ਨਾਲ ਜਿਹੜੀ ਸ਼ੁਰੂਆਤ ਕਰਨੀ, ਕਿ ਕੂੜੇ ਟੁੱਟੇ ਪਾਲ, ਇੱਦਾਂ ਦੇ ਨਾਟਕ ਜਿਹੜੇ ਸੀ। ਫਿਰ ਅਸੀਂ ਇਸ ਧਾਰਮਿਕ ਮਤਲਬ ਜਿਹੜੇ ਨਾਟਕਾਂ ਤੋਂ ਇਨਕਲਾਬੀ ਵਾਲੇ ਪਾਸੇ, ਇਨਕਲਾਬ ਜ਼ਿੰਦਾਬਾਦ, ਟੋਏ ਵਰਗੇ ਨਾਟਕ ਜਿਹੜੇ ਸੀ ਉਹ ਅਸੀਂ, ਭਾਜੀ ਗੁਰਸ਼ਰਨ ਦਾ ਟੋਇਆ ਨਾਟਕ ਲਿਖਿਆ ਸੀ, ਬਹੁਤ ਵਧੀਆ ਇਹ ਉਹਨਾਂ ਦਿਨਾਂ 'ਚ, ਅਜੇ ਮੈਨੂੰ ਯਾਦ ਹੈ ਵੀ ਸਾਡਾ ਕੇਵਲ ਧਾਲੀਵਾਲ ਇਹ ਟੋਇਆ ਜਿਹੜਾ ਨਾਟਕ ਸੀ ਇਹਦਾ ਮਤਲਬ ਫੇਮਸ ਸੀ, ਅਤੇ ਇਹ ਜਦੋਂ ਨਾਟਕ ਕਰਦਾ ਸੀ ਤਾਂ ਮੇਰਾ ਖਿਆਲ ਕੋਈ ਵੀ ਇਹੋ ਜਿਹਾ ਹੱਖ ਨਹੀਂ ਸੀ ਜਿਹੜੀ ਰੋਂਦੀ ਨਹੀਂ ਸੀ। ਸੋ ਅਸੀਂ ਉਹਨਾਂ ਦਿਨਾਂ ਦੇ ਦੌਰਾਨ ਕੋਈ ਵੀ ਪੰਜਾਬ ਦਾ ਏਰੀਆ ਜਾਂ ਹਿਮਾਚਲ ਜਾਂ ਸਾਡਾ ਜਿੰਨਾ ਵੀ ਨੇੜੇ ਨੇੜੇ ਸਾਡਾ ਇਹ ਜਿਹੜੇ ਸਟੇਟ ਪੈਂਦੇ ਸੀ, ਅਸੀਂ ਅੱਧੀ ਅੱਧੀ ਰਾਤ ਨੂੰ, ਇੱਕ ਵਾਰ ਮੈਂ ਤੈਨੂੰ ਕਹਾਣੀ ਦੱਸਦਾ ਕਿ ਅਸੀਂ ਕੋਟ ਸੀ ਨਾਟਕ ਕਰਨਾ ਸੀ, ਭਾਜੀ ਗੁਰਸ਼ਰਨ ਸਿੰਘ ਦੇ ਮਤਲਬ ਚੇਲੇ ਸੀ, ਉਹਨਾਂ ਦੀ
ਵਿਰਾਸਤ ਤੋਂ ਸੀ ਹੰਸਾ ਸਿੰਘ ਜੀ ਜਿਹੜੇ ਪਿਛਲੇ ਦਿਨੀ ਉਹਨਾਂ ਦਾ ਦੇਹਾਂਤ ਹੋ ਗਿਆ ਔਰ ਬਹੁਤ ਤਗੜੇ ਜਿਹਨੂੰ ਰੰਗ ਕਰਮੀ ਕਹਿ ਦਈਏ ਨਾਟਕਕਾਰ ਕਹਿ ਦਈਏ ਬਹੁਤੇ ਬੰਦੇ ਤਾਂ ਜਿਹੜੇ ਵੀ ਸਾਡੇ ਇਸ ਲਾਈਨ 'ਚੋਂ ਆਏ ਉਹ ਕਮਰਸ਼ੀਅਲ ਹੋ ਗਏ ਕੋਈ ਦੂਰਦਰਸ਼ਨ 'ਚ ਕਮਰਸ਼ੀਅਲ ਜਾ ਵੜਿਆ ਕੋਈ ਨੇ ਫਿਲਮਾਂ 'ਚ ਜਾ ਵੜਿਆ ਕੋਈ ਕਿੰਨੇ ਪੈਸੇ ਕਮਾਉਣ ਲੱਗ ਗਿਆ ਇੱਕ ਭਾਜੀ ਗੁਰਸ਼ਰਨ ਅਤੇ ਦੂਜਾ ਹੰਸਾ ਸਿੰਘ ਸੀ ਜਿਹੜੇ ਸਿਰਫ ਅਤੇ ਸਿਰਫ ਇਨਕਲਾਬੀ ਲਹਿਰ ਨੂੰ ਸਮਰਪਿਤ ਰਹੇ ਲੋਕਾਂ ਨੂੰ ਸਮਰਪਿਤ ਰਹੇ ਉਹਨਾਂ ਨੇ ਆਪਣੇ ਸਾਰੀ ਜ਼ਿੰਦਗੀ ਆਪਣੀਆਂ ਨੌਕਰੀਆਂ ਜਾਂ ਆਪਣਾ ਆਪ ਵੀ ਜਿਹੜਾ ਨਾ ਉਹ ਲੋਕਾਂ ਦੇ ਲਿਖੇ ਲਾਇਆ ਹੋਇਆ ਸੀ ਅਤੇ ਹੰਸਾ ਸਿੰਘ ਤਾਂ ਅਸੀਂ ਇਕੱਠੇ ਕੋਟਕਪੁਤਲੀ ਨਾਟਕ ਖੇਡਣ ਜਾਣਾ ਸੀ ਰਾਤ ਨੂੰ ਨਾਟਕ ਸੀ ਉਸ ਵੇਲੇ 1982 'ਚ ਬੱਸ ਕਿਰਾਇਆ ਕੋਲ ਐਜੀਟੇਸ਼ਨ ਚੱਲਦੀ ਸੀ ਅਤੇ ਜਿੱਥੇ ਅਸੀਂ ਮਤਲਬ ਨਾਟਕ ਖੇਡਦੇ ਸਾਂ ਉੱਥੇ ਅਸੀਂ ਬੱਸ ਕਿਰਾਇਆ ਕੋਲ ਐਜੀਟੇਸ਼ਨ ਨੂੰ ਵੀ ਇਸਟੈਬਲਿਸ਼ ਕੀਤਾ ਹੋਇਆ ਸੀ ਪੰਜਾਬ ਦੇ ਖਿਲਾਫ਼ ਉਦੋਂ 42% ਕਿਰਾਇਆ ਵਧਾਤਾ ਸਰਕਾਰ ਨੇ ਕਿਰਾਇਆ ਵਧਾਤਾ ਅਸੀਂ ਸਾਰੀਆਂ ਜਿਹੜੀਆਂ ਜਥੇਬੰਦੀਆਂ ਸੀ ਚਾਹੇ ਉਹ ਮੁਲਾਜ਼ਮ ਜਥੇਬੰਦੀ ਸੀ ਕਿਸਾਨ ਜਥੇਬੰਦੀ ਸੀ ਜਾਂ ਮਜ਼ਦੂਰਾਂ ਦੀ ਜਥੇਬੰਦੀ ਸੀ ਇਹ ਜਿਹੜੀ ਖੇਤ ਮਜ਼ਦੂਰ ਜਿੱਦਾਂ ਨਸਰਾਲੀ ਜੋਰਾ ਸਿੰਘ ਹੋਣੀ ਇਹ ਸਾਰਿਆਂ ਦਾ ਅਸੀਂ ਫੈਸਲਾ ਕਰ ਲਿਆ ਵੀ ਜਿੱਥੇ ਅਸੀਂ ਲੋਕਾਂ ਨੂੰ ਨਾਟਕਾਂ ਦੇ ਰਾਹੀਂ ਮਤਲਬ ਜਿਹੜਾ ਉਜਾਗਰ ਕਰ ਰਹੇ ਇਹਦੇ ਨਾਲ ਨਾਲ ਬੱਸ ਕਿਰਾਇਆ ਕੋਲ ਐਜੂਕੇਸ਼ਨ ਵੀ ਲੈਣ ਉਸ ਦਿਨ ਬੱਸ ਕਿਰਾਇਆ ਐਜੂਕੇਸ਼ਨ ਦਾ ਅਸੀਂ ਮਤਲਬ ਬੱਸਾਂ ਰੋਕ ਕੇ ਆਏ ਸੀ ਅਤੇ ਉਹ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੂੰ ਸੂਚਨਾ ਮਿਲ ਗਈ ਵੀ ਉਹ ਜਿਹੜੇ ਝੋਲੇ ਵਾਲੇ ਨਾਟਕਾਂ ਵਾਲੇ ਆ ਨਾ ਉਹ ਕੋਟਕਪੁਤਲੀ ਗਏ ਨੇ ਅਤੇ ਸਾਰੀ ਰਾਤ ਸਾਨੂੰ ਕੋਟਕਪੁਤਲੀ ਦੇ ਆਲੇ ਦੁਆਲੇ ਘੁੰਮਾਉਂਦੇ ਰਹੇ ਅਤੇ ਅਸੀਂ ਆਡਾਂ 'ਚ ਆਪਣਾ ਉਹ ਸਾਰਾ ਜਿਹੜਾ ਸਾਡਾ ਕੱਪੜੇ ਲੀੜੇ ਸੀ ਜਿਹੜੇ ਅਸੀਂ ਸਟੇਜ 'ਤੇ ਪਾਉਂਦੇ ਸਾਂ ਉਹ ਕੱਪੜੇ ਲੀੜੇ ਅਸੀਂ ਮੋਢਿਆਂ 'ਤੇ ਮਾਰੇ ਅਤੇ ਕਦੇ ਕੋਈ ਕਿਸੇ ਆੜ 'ਚ ਲੁਕਿਆ ਕੋਈ ਕਿਤੇ ਲੁਕਿਆ ਅੱਜ ਵੀ ਮੈਨੂੰ ਯਾਦ ਹੈ ਉਹ ਸਾਰੀ ਰਾਤ ਅਸੀਂ ਜਿਹੜਾ ਉਹ ਨਾਟਕ ਇੱਦਾਂ ਹੀ ਖੇਡਦੇ ਰਹੇ ਨਾਟਕਾਂ ਦਾ ਆਪਣਾ ਪਰ ਅਸੀਂ ਆਪਣਾ ਉਹ ਮਤਲਬ ਜਿਹੜਾ ਹੱਟ ਸੀ ਇਨਕਲਾਬੀ ਹੱਟ ਉਹਨੂੰ ਨਹੀਂ ਛੱਡਿਆ ਅਤੇ ਭਾਜੀ ਗੁਰਸ਼ਰਨ ਸਿੰਘ ਨੂੰ ਕਿਤੇ ਪਤਾ ਲੱਗਿਆ ਸਵੇਰੇ ਵੀ ਕੱਲ੍ਹ ਹੰਸਾ ਸਿੰਘ ਦੀ ਜਿਹੜੀ ਟੀਮ ਹੈ ਉਹ ਕੋਟਕਪੁਤਲੀ ਨਾਟਕ ਕਰਨ ਗਈ ਸੀ ਅਤੇ ਉਹਨਾਂ ਦਾ ਹਾਲ ਪੁੱਛਿਆ ਜਾਵੇ ਅਤੇ ਕੋਟਕਪੁਤਲੀ ਸਾਨੂੰ ਭਾਜੀ ਨੇ ਇੱਕ ਬੰਦਾ ਮਗਰ ਭੇਜਿਆ ਉਦੋਂ ਬੱਸਾਂ ਸੀ ਉੱਥੇ ਸਾਧਨ ਨਹੀਂ ਅਤੇ ਹੰਸਾ ਸਿੰਘ ਨੂੰ ਜਦੋਂ ਆਣ ਕੇ ਪੁੱਛਿਆ ਵੀ ਹੰਸਾ ਸਿੰਘ ਤੇਰੇ ਟੀਮ ਠੀਕ ਹੈ ਹੰਸਾ ਸਿੰਘ ਕਹਿੰਦਾ ਜੀ ਅਸੀਂ ਚੜ੍ਹਦੀ ਕਲਾ 'ਚ ਕੋਈ ਪ੍ਰੋਬਲਮ ਨਹੀਂ ਫਿਰ ਅਸੀਂ ਅਗਲੇ ਦਿਨ ਮਾਲਪੁਰ ਨਾਟਕ ਖੇਡਣਗੇ ਸੋ ਜ਼ਿੰਦਗੀ ਦਾ ਬੜਾ ਐਕਸਪੀਰੀਅੰਸ ਹੈ ਅਸੀਂ ਵੀ ਪਿੰਡਾਂ ਦੇ ਵਿੱਚ ਨਾਟਕ ਖੇਡਦੇ ਮੇਰਾ ਇੱਕ ਡਾਇਲੋਗ ਹੁੰਦਾ ਸੀਗਾ ਇੱਕ ਬਚੋਲਣ ਹੁੰਦੀ ਹੈ ਜੀ ਅਤੇ ਉਹ ਪਲੇਅ ਦਾ ਮੈਨੂੰ ਨਾਂ ਨਹੀਂ ਹੁਣ ਯਾਦ ਆ ਰਿਹਾ ਅਤੇ ਉਹ ਬਚੋਲਣ ਨਾ ਵਿਆਹ ਕਰਾ ਕੇ ਜੀ ਉਹ ਲੱਭਦੀ ਨਹੀਂ 2 ਮਹੀਨੇ ਉਹ ਵਿਆਹ 'ਚ ਕੋਈ ਡਿਸਪਿਊਟ ਹੋ ਜਾਂਦਾ ਅਤੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਹ ਡਾਇਲੋਗ ਮੈਂ ਜਦੋਂ ਕੋਲੇ ਉਹਦੇ ਗਿਆ ਮੈਂ ਕਿਹਾ ਬੋਲਿਆ ਡਾਇਲੋਗ ਮੈਂ ਇਹਨੂੰ ਕਿਹਾ ਕਿੱਥੇ ਮਰ ਗਈਆਂ ਕਮਜਾਤੇ 2 ਮਹੀਨੇ ਹੋ ਗਏ ਤੇਰੀ ਰਾਹ ਵੇਂਦੇ ਨੂੰ ਉਹ ਡਾਇਲੋਗ ਬੜਾ ਅੱਛਾ ਸੀ ਅੱਛਾ ਲੱਗਦਾ ਸੀ ਜੋ ਡਾਇਲੋਗ ਬੋਲਦੇ ਸੀ ਫਿਲਮਾਂ ਦੇ ਵਿੱਚ ਵੀ ਕਾਫੀ ਡਾਇਲੋਗ ਜਿਹੜੇ ਹੈਗੇ ਨੇ ਉਹ ਹੁੰਦੇ ਨੇ ਅਸੀਂ ਇੱਕ ਕਾਲ ਕਰਨ ਲੱਗੇ ਹਾਂ ਬੜੀ ਫੇਮਸ ਅਦਾਕਾਰਾ ਹੈ ਅਨੀਤਾ ਸਬਦੀਸ਼ ਔਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹ ਸਫ਼ਰ ਦੇ ਵਿੱਚ ਸੀ ਅਤੇ ਸਾਡਾ ਫੋਨ ਚੱਕ ਲੈਂਦੇ ਨੇ ਸੋ ਜਿਨ੍ਹਾਂ ਨੇ ਥੀਏਟਰ ਦੇ ਵਿੱਚ ਤਾਂ ਆਪਣੇ ਆਪ ਦਾ ਲੋਹਾ ਮਨਵਾਇਆ ਫਿਲਮਾਂ ਦੇ ਵਿੱਚ ਵੀ ਆਪਣੇ ਆਪ ਨੂੰ ਬਾਖੂਬੀ ਪ੍ਰੈਜੈਂਟ ਕੀਤਾ ਮੈਡਮ ਅਨੀਤਾ ਸਬਦੀਸ਼ ਸਬਦੀਸ਼ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਦੇ ਸ਼ੁਕਰੀਆ ਜੀ ਸ਼ੁਕਰੀਆ ਮਿਹਰਬਾਨੀ ਤੁਹਾਡੀ ਇੰਨੀ ਮਿੱਠੀ ਆਵਾਜ਼ ਕਿਉਂ ਹੈ ਪਹਿਲਾਂ ਮੈਨੂੰ ਇਹ ਦੱਸੋ ਥੀਏਟਰ ਵਾਲੇ ਰੰਗਮੰਚ ਕਰਕੇ ਹੀ ਹੈ ਜੀ ਜੋ ਵੀ ਹੈ ਸਭ ਕੁਝ ਅੱਛਾ ਅਨੀਤਾ ਮੈਮ ਮੈਂ ਨਾ ਤੁਹਾਡੇ ਨਾਲ ਗੱਲ ਅੱਗੇ ਕੰਟੀਨਿਊ ਤਾਂ ਕਰੂੰਗਾ ਚਿੜੀ ਤੋਂ ਅੰਬਰ ਤੱਕ ਦੀ ਉਡਾਨ ਜਿਹੜਾ ਤੁਹਾਡਾ ਨਾਟਕ ਹੈ ਜੀ ਜੀ ਬਿਲਕੁਲ ਕਿੰਨੇ ਕਿੰਨੇ ਵਾਰ ਮੰਚਨ ਕੀਤਾ ਤੁਸੀਂ ਉਹਦਾ ਹੁਣ ਤੱਕ ਪਹਿਲਾਂ ਤਾਂ ਮੈਂ ਵਰਲਡ ਥੀਏਟਰ ਡੇ ਹੈ ਅੱਜ ਉਹਦੀ ਸਭ ਨੂੰ ਮੁਬਾਰਕਬਾਦ ਦਿੰਦੀ ਹਾਂ ਜੀ ਤੇ ਇਸ ਨਾਟਕ ਦੇ ਸ਼ੋਅ ਮੈਂ ਕਰ ਚੁੱਕੀ ਹਾਂ ਜੀ 121 ਵਾਰੀ 121 ਵਾਰੀ ਮੇਰੇ ਹਿਸਾਬ ਦੇ ਨਾਲ ਵੀ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਨਾਂ ਦਰਜ ਹੋਇਆ ਕਿ ਨਹੀਂ ਹੋਇਆ ਹਲੇ ਇਹਦਾ ਮੈਂ ਉੱਧਰ ਧਿਆਨ ਨਹੀਂ ਦਿੱਤਾ ਕਿਉਂਕਿ ਇਹੋ ਜਿਹੇ ਕੰਮਾਂ ਵੱਲ ਬਹੁਤਾ ਧਿਆਨ ਜਾਂਦਾ ਨਹੀਂ ਹੈ ਉਸ ਲਈ ਕੰਮ ਕਰੀ ਜਾਈਦਾ ਲੇਕਿਨ ਇਹ ਹੈ ਕਿ ਜਿੱਥੇ ਵੀ ਸ਼ੋਅ ਕੀਤਾ ਇਹ ਚਿੜੀ ਦੇ ਅੰਬਰ ਵੱਲ ਉਡਾਣ ਉਹਦੇ ਬਹੁਤ ਜ਼ਿਆਦਾ ਅੱਛਾ ਪ੍ਰਭਾਵ ਪਿਆ ਸਭ ਨੂੰ ਬਹੁਤ ਪਸੰਦ ਆਇਆ ਨਾਟਕ ਦੇਸ਼ ਵਿਦੇਸ਼ ਦੇ ਵਿੱਚ ਵੀ ਕਰਨ ਦਾ ਮੌਕਾ ਮਿਲਿਆ ਤੇ ਬਹੁਤ ਅੱਛੇ ਰਹੇ ਨੇ ਸਾਰੇ ਸ਼ੋਅ ਅਨੀਤਾ ਮੈਮ ਇੱਕ ਡਾਇਲੋਗ
ਇਸੇ ਚਿੜੀ ਤੋਂ ਅੰਬਰ ਤੱਕ ਦੀ ਉਡਾਨ ਦਾ ਇਸ ਨਾਟਕ ਵਿੱਚੋਂ ਇਸ ਨਾਟਕ ਵਿੱਚੋਂ ਇੱਕ ਇੱਕ ਕੋਈ ਐਸੀ ਯਾਦਗਾਰੀ ਛਣ ਕੋਈ ਯਾਦਗਾਰੀ ਬੋਲ ਜਿਹੜੇ ਸਾਂਝੇ ਕਰਨੇ ਚਾਹੁੰਦੇ ਆ ਮੈਂ ਕੱਲ੍ਹ ਵਾਲੀ ਸੀਤਾ ਨਹੀਂ ਹਾਂ ਮੈਂ ਕੱਲ੍ਹ ਵਾਲੀ ਸੀਤਾ ਨਹੀਂ ਹਾਂ ਜੋ ਆਪਣੇ ਚਾਂਦੀ ਵਰਗੇ ਉਜਲੇ ਬਦਨ ਉੱਤੇ ਪੈਂਦੀਆਂ ਸ਼ੱਕ ਦੇ ਗਾਰੇ ਨਾਲ ਲਿਬੜੀਆਂ ਤੇਰੀਆਂ ਨੁਕੀਲੀਆਂ ਨਿਗਾਹਾਂ ਨੂੰ ਪ੍ਰਣਾਮ ਕਰਾਂਗੀ ਤੇ ਫਿਰ ਸ਼ਰਮ ਨਾਲ ਪਾਣੀ ਪਾਣੀ ਹੋ ਕੇ ਪਾਤਾਲ ਵਿੱਚ ਧੱਸ ਜਾਵਾਂਗੀ ਮੈਂ ਤਾਂ ਆਪਣੇ ਇਸ ਹਸ਼ਰ ਦੀ ਵਜ੍ਹਾ ਪੁੱਛਣ ਲਈ ਇੱਕ ਖੁਰਦਰਾ ਸਵਾਲ ਬਣ ਕੇ ਤੇਰੇ ਸਾਹਮਣੇ ਖੜ ਜਾਵਾਂਗੀ ਮੈਂ ਦ੍ਰੋਪਦੀ ਵੀ ਨਹੀਂ ਹਾਂ ਮੈਂ ਦ੍ਰੋਪਦੀ ਵੀ ਨਹੀਂ ਹਾਂ ਜਿਹੜੀ ਆਪਣੇ ਆਪ ਨੂੰ ਦਾਅ ਤੇ ਲਗਾਏ ਜਾਣ ਤੋਂ ਬਾਅਦ ਬੇਸ਼ਰਮ ਅੱਖਾਂ ਦੀ ਭਰੀ ਇਸ ਸਭਾ ਵਿੱਚ ਤਮਾਸ਼ਾ ਬਣ ਰਹੇ ਆਪਣੇ ਨੰਗੇਜ ਨੂੰ 100 ਹੀਲਿਆਂ ਨਾਲ ਗੱਜਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਤੇਰੇ ਨਾਲ ਬਨਵਾਸ ਨੂੰ ਤੁਰ ਪਏਗੀ ਤੇ ਫਿਰ ਤੇਰੇ ਭੁੱਖੇ ਢਿੱਡ ਨੂੰ ਝੁਲਕਾ ਦੇਣ ਲਈ ਆਪਣੇ ਹੱਥੀ ਭੋਜਨ ਤਿਆਰ ਕਰੇਗੀ ਮੈਂ ਤਾਂ ਆਪਣੇ ਇਸ ਹਸ਼ਰ ਦੀ ਵਜ੍ਹਾ ਪੁੱਛਣ ਲਈ ਇੱਕ ਖੁਰਦਰਾ ਸਵਾਲ ਬਣ ਕੇ ਤੇਰੇ ਸਾਹਮਣੇ ਖੜ ਜਾਵਾਂਗੀ ਪੇਸ਼ਕਾਰੀਆਂ ਹੋ ਚੁੱਕੀਆਂ ਤੁਸੀਂ ਯਕੀਨ ਮੰਨੋਗੇ ਇਹ ਨਾਟਕ ਜਿੰਨੇ ਵਾਰੀ ਮਰਜ਼ੀ ਵੇਖ ਲਓ ਇਹ ਐਡਾ ਲੱਗਦਾ ਕਿ ਅਸੀਂ ਪਹਿਲੀ ਵਾਰ ਵੇਖ ਰਹੇ ਹਾਂ ਤਾਜ਼ੇ ਦਾ ਤਾਜ਼ਾ ਲੱਗਦਾ ਇਸੇ ਕਰਕੇ 121 ਪਰਫੋਰਮੈਂਸ ਜਿਹੜੀਆਂ ਨੇ ਉਹ ਸਫਲਤਾਪੂਰਵਕ ਹੋਈਆਂ ਨੇ ਔਰ ਮੈਂ ਇੱਕ ਚੀਜ਼ ਹੋਰ ਨੋਟ ਕੀਤੀ ਹੈ ਤੁਸੀਂ ਜਿੰਨੇ ਵਾਰੀ ਇਹ ਪਲੇਅ ਕੀਤਾ ਰਸ਼ ਜਿਹੜਾ ਹੈ ਕਦੇ ਘਟਿਆ ਨਹੀਂ ਰਸ਼ ਸਮਾਂ ਪਹਿਲਾਂ ਨਾਲੋਂ ਜ਼ਿਆਦਾ ਹੋਇਆ ਬਿਲਕੁਲ ਜੀ ਬਿਲਕੁਲ 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 ਹਰ ਜਗ੍ਹਾ ਦੇ ਉੱਤੇ ਜੀ ਮੈਂ ਇੰਗਲੈਂਡ ਦੇ ਵਿੱਚ ਇੱਕ ਸ਼ੋਅ ਕਰਨ ਵਾਸਤੇ ਤਾਂ ਗਈ ਸੀ ਬਹੁਤ ਦੇਰ ਪਹਿਲਾਂ ਪਹਿਲਾ ਸ਼ੋਅ ਮੈਂ ਉੱਥੇ ਜਦੋਂ ਕੀਤਾ ਤਾਂ ਉਸ ਤੋਂ ਬਾਅਦ ਮੈਂ 6 ਸ਼ੋਅ ਕਰਕੇ ਵਾਪਸ ਮੁੜੀ ਸੀ ਅੱਛਾ ਕੀ ਲੋਕਾਂ ਦਾ ਕੀ ਕੀ ਰਿਸਪੌਂਸ ਸੀ ਉਦੋਂ ਜਦੋਂ ਜਿਹੜੀਆਂ ਬੀਬੀਆਂ ਜਦੋਂ ਦੇਖਿਆ ਹੋਣਾ ਪਲੇ ਫਿਰ ਇਹ ਬਿਲਕੁਲ ਜੀ ਇੱਕ ਬੜੀ ਪਿਆਰੀ ਯਾਦ ਬੜੀ ਮਿੱਠੀ ਯਾਦ ਜੁੜੀ ਹੋਈ ਹੈ ਇਸ ਨਾਟਕ ਦੀ ਇੰਗਲੈਂਡ ਦੇ ਵਿੱਚ ਸੀ ਜਦੋਂ ਕੀਤਾ ਮੈਂ ਤਾਂ ਉਦੋਂ ਉੱਥੇ ਇੱਕ ਬਜ਼ੁਰਗ ਔਰਤ ਆਏ ਔਰ ਮੈਨੂੰ ਮਤਲਬ ਜੱਫੀ ਪਾ ਕੇ ਰੋਣ ਲੱਗ ਗਏ ਤੇ ਮੈਨੂੰ ਲੱਗਿਆ ਕਿ ਨਾਟਕ ਨੇ ਬਹੁਤ ਜ਼ਿਆਦਾ ਇਮੋਸ਼ਨਲ ਕਰ ਦਿੱਤਾ ਸ਼ਾਇਦ ਇਸ ਕਰਕੇ ਉਹ ਭਾਵੁਕ ਹੋ ਗਏ ਨੇ ਤੇ ਬਹੁਤ ਉਹਨਾਂ ਨੇ ਮਤਲਬ ਇਸ ਤਰ੍ਹਾਂ ਹੰਝੂ ਬਹਾਏ ਨਾਟਕ ਤੋਂ ਬਾਅਦ ਤੇ ਉਹ ਥੋੜੀ ਦੇਰ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਸੰਭਾਲ ਕੇ ਮੈਨੂੰ ਮੇਰੇ ਮੋਢਿਆਂ ਤੋਂ ਮੈਨੂੰ ਫੜ ਕੇ ਮੈਨੂੰ ਇੱਕ ਗੱਲ ਕਹੀ ਸੀ ਨੀ ਕੁੜੀ ਨੀ ਧੀਏ ਅੱਜ ਤੋਂ ਬਾਅਦ ਮੈਂ ਕੁੜੀ ਮੁੰਡੇ ਚ ਕਦੇ ਕੋਈ ਫਰਕ ਨੀ ਸਮਝੂਗੀ ਤੂੰ ਤਾਂ ਮੈਨੂੰ ਰੁਕਾ ਕੇ ਰੱਖ ਸੋ ਮੈਨੂੰ ਲੱਗਿਆ ਕਿ ਮੇਰਾ ਨਾਟਕ ਕਰਨਾ ਸਫਲ ਹੈ ਕਿਉਂਕਿ ਇੰਨੀ ਦੂਰ ਜਾ ਕੇ ਮੈਂ ਇਸ ਨਾਟਕ ਨੂੰ ਪਰਫੋਰਮ ਕਰ ਰਹੀ ਹਾਂ ਤੇ ਇੱਕ 60-70 ਸਾਲ ਦੀ ਔਰਤ ਤੇ ਦਿਲ ਦਿਮਾਗ ਤੇ ਉਸ ਨਾਟਕ ਨੇ ਅਸਰ ਪਾਇਆ ਹੈ ਨਾ ਜਦੋਂ ਉਹਨਾਂ ਨੇ ਇਹ ਕਿਹਾ ਕਿ ਮੈਂ ਹੁਣ ਅੱਜ ਤੋਂ ਬਾਅਦ ਵੀ ਪੁੱਤ ਚ ਕਦੇ ਫਰਕ ਨੀ ਸਮਝੂਗੀ ਤਾਂ ਮੇਰਾ ਨਾਟਕ ਕਰਨਾ ਸਫਲ ਹੋ ਗਿਆ ਬਿਲਕੁਲ ਬਿਲਕੁਲ ਲਗਾਤਾਰ ਜਦੋਂ ਕੋਈ ਲਿਟਰੇਚਰ ਦੇ ਵਿੱਚ ਕੋਈ ਅੱਛੀ ਚੀਜ਼ ਪੜ੍ਹਦੇ ਆ ਤਾਂ ਉਹਨੂੰ ਕਰਨ ਨੂੰ ਦਿਲ ਕਰਦਾ ਤੇ ਫਿਰ ਉਹਨੂੰ ਡਿਜ਼ਾਈਨ ਕਰ ਲਈਦਾ ਉਸ ਹਿਸਾਬ ਨਾਲ ਅਨੀਤਾ ਇੱਕ ਹੋਰ ਸਭ ਤੋਂ ਵੱਡੀ ਗੱਲ ਇੱਕ ਹੋਰ ਹੈ ਵੀ ਅੱਜ ਵੀ ਸਾਡੇ ਜਿਹੜੇ ਮਾਂ ਬਾਪ ਨੇ ਜਦੋਂ ਕੋਈ ਸਾਡੀ ਧੀ ਜਾਂ ਸਾਡਾ ਬੇਟਾ ਕੋਈ ਥੀਏਟਰ ਦੀ ਗੱਲ ਕਰਦਾ ਹੈ ਜਾਂ ਨਾਟਕਾਂ ਵਾਲੇ ਪਾਸੇ ਜਾਣ ਦੀ ਗੱਲ ਕਰਦਾ ਉਹਨੂੰ ਬੜਾ ਨਾ ਏਦਾਂ ਘਰ ਦੇ ਵਿੱਚ ਏਡਾ ਸਨਾਟਾ ਛਾ ਜਾਂਦਾ ਵੀ ਪਤਾ ਨਹੀਂ ਉਹਨੇ ਕੀ ਉਹਨੇ ਅੱਤਵਾਦੀ ਬਣਨ ਵਾਸਤੇ ਕਹਿਤਾ ਹੋਵੇ ਜਾਂ ਉਹਨੇ ਕੀ ਉਹਨੇ ਕੋਈ ਬੈਂਕ ਲੁੱਟਣ ਵਾਸਤੇ ਕਹਿਤਾ ਵੀ ਕਾਰਨ ਕੀ ਹੈ ਅਸੀਂ ਸੋਚ ਕਿਉਂ ਨਹੀਂ ਬਦਲ ਸਕੇ ਹੁਣ ਤੱਕ ਬਿਲਕੁਲ ਜੀ ਬਹੁਤ ਵੱਡੀ ਸਮੱਸਿਆ ਇਹ ਇਹਦੇ ਵਿੱਚ ਮਤਲਬ ਇਹ ਹੈ ਕਿ ਤਾਂ ਸਦੀਆਂ ਲੱਗੀਆਂ ਨੇ ਤੇ ਸਦੀਆਂ ਅਜੇ ਹੋਰ ਲੱਗਣਗੀਆਂ ਸਾਡੀਆਂ ਕੋਸ਼ਿਸ਼ਾਂ ਜਾਰੀ ਨੇ ਪਰ ਮੈਂ ਜਿੱਥੇ ਵੀ ਕੰਮ ਕਰਦੀ ਹਾਂ ਜਦੋਂ ਵੀ ਮੈਂ ਕਿਤੇ ਪਹਿਲਾਂ ਮੈਂ ਯੂਥ ਫੈਸਟੀਵਲ ਬਹੁਤ ਤਿਆਰ ਕਰਵਾਉਂਦੀ ਹੁੰਦੀ ਸੀ ਤਾਂ ਮੈਂ ਲੜਕੀਆਂ ਦੇ ਕਾਲਜਿਸ ਵਿੱਚ ਜ਼ਿਆਦਾ ਕੰਮ ਕਰਦੀ ਸੀ ਤਾਂ ਮੈਂ ਉੱਥੇ ਇਹ ਇਸ਼ੂ ਉਠਾਉਂਦੀ ਸੀ ਕਿ ਤੁਸੀਂ ਕੰਟੀਨਿਊਟੀ ਦੇ ਵਿੱਚ ਕੰਮ ਕਰਨਾ ਤਾਂ ਬੱਚਿਆਂ ਦਾ ਇਹ ਸਵਾਲ ਹੁੰਦਾ ਸੀ ਕਿ ਮੈਮ ਤੁਹਾਡੇ ਪੇਰੈਂਟਸ ਨੇ ਤਾਂ ਤੁਹਾਡਾ ਸਾਥ ਦਿੱਤਾ ਪਰ ਸਾਡੇ ਪੇਰੈਂਟਸ ਨਹੀਂ ਮੰਨਦੇ ਤਾਂ ਅਸੀਂ ਕੀ ਕਰੀਏ ਹੁਣ ਇੱਕ ਬੱਚੀ ਅੱਜ ਵੀ ਮੈਨੂੰ ਯਾਦ ਹੈ ਇੱਕ ਬੱਚੀ ਤੇ ਮਤਲਬ ਨੇ ਬਹੁਤ ਛੋਟਾ ਜਿਹਾ ਰੋਲ ਮੇਰੇ ਇਸੇ ਨਾਟਕ ਨੂੰ ਮੈਂ 9 ਕੁੜੀਆਂ ਦੇ ਵਿੱਚ ਨਾਟਕ ਤਿਆਰ ਕੀਤਾ ਸੀਗਾ ਚਿੜੀ ਦੀ ਅੰਬਰ ਵੱਲੋਂ ਦਾ
ਤੇ ਇਹਦੇ ਵਿੱਚ ਇੱਕ ਬੱਚੀ ਨੂੰ ਮੈਂ ਤਿਆਰ ਕੀਤਾ ਸੀ, ਛੋਟੀ ਬੱਚੀ ਦਾ ਰੋਲ ਕੀਤਾ ਸੀ ਉਹਨੇ, ਤਾਂ ਉਹ ਲੜਕੀ ਕੰਟੀਨਿਊਟੀ ਚ ਕੰਮ ਕਰਨਾ ਚਾਹੁੰਦੀ ਸੀ ਤੇ ਉਹਦੇ ਪੇਰੈਂਟਸ ਨਹੀਂ ਸੀ ਮੰਨਦੇ। ਜਦੋਂ ਮੈਨੂੰ ਲੱਗਿਆ ਕਿ ਉਹਦਾ ਇੰਟਰਸਟ ਜ਼ਿਆਦਾ ਹੈਗਾ, ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਤੂੰ ਮੇਰੇ ਥੀਏਟਰ ਗਰੁੱਪ ਚ ਆ ਜਾ, ਕੋਈ ਗੱਲ ਨੀ ਮੈਂ ਕੰਟੀਨਿਊਟੀ ਚ ਕੰਮ ਕਰ ਰਹੀ ਹਾਂ। ਤਾਂ ਉਹਦੇ ਪੇਰੈਂਟਸ ਨੇ ਕਿਹਾ ਕਿ ਮੈਡਮ ਤੁਹਾਡੀ ਜ਼ਿੰਮੇਵਾਰੀ ਹੋਏਗੀ ਜੀ, ਫਿਰ ਦੇਖ ਲਓ ਜੀ, ਨਾਟਕ ਤੱਕ ਤਾਂ ਚੱਲ ਕੋਈ ਨਾ ਜੀ ਤੁਸੀਂ ਲੈ ਜਾਇਆ ਕਰੋ। ਇੱਕ ਦੋ ਨਾਟਕ ਕੀਤੇ, ਉਸ ਤੋਂ ਬਾਅਦ ਮੈਨੂੰ ਇੱਕ ਕਾਲ ਆਈ ਸੀਰੀਅਲ ਦੀ, ਤਾਂ ਉਹਨਾਂ ਨੂੰ ਇੱਕ ਲੜਕੀ ਚਾਹੀਦੀ ਸੀ। ਮੈਂ ਉਸ ਲੜਕੀ ਦੀ ਫੋਟੋ ਭੇਜੀ, ਉਹਨਾਂ ਨੂੰ ਫੋਟੋ ਪਸੰਦ ਆ ਗਈ ਤੇ ਉਹ ਕਹਿੰਦੇ ਜੀ ਸਾਨੂੰ ਇਹ ਲੜਕੀ ਚਾਹੀਦੀ ਹੈ, ਇੱਕ ਵਾਰੀ ਆਡੀਸ਼ਨ ਲੈਣਾ ਅਸੀਂ ਉਹਦਾ। ਮੈਂ ਉਸ ਲੜਕੀ ਦਾ ਆਡੀਸ਼ਨ ਵੀ ਦਵਾ ਦਿੱਤਾ, ਤਾਂ ਮਤਲਬ ਉਹ ਫਾਈਨਲ ਕੈਰੇਕਟਰ ਵਾਸਤੇ ਫਾਈਨਲ ਹੋ ਗਈ। ਸੀਰੀਅਲ ਸੀਗਾ ਅੱਖੀਆਂ ਤੋਂ ਦੂਰ ਚਾਈਨਾ। ਤੇ ਉਸ ਲੜਕੀ ਨੇ ਜਦੋਂ ਉਹਦੇ ਪੇਰੈਂਟਸ ਨੂੰ ਮੈਂ ਕਿਹਾ ਤਾਂ ਉਹ ਨਹੀਂ ਮੰਨੇ ਕਿ ਅਸੀਂ ਸੀਰੀਅਲ ਵਾਸਤੇ ਨੀ ਭੇਜਣਾ ਜੀ, ਇਸ ਤਰ੍ਹਾਂ ਬਹੁਤ ਔਖਾ ਹੁੰਦਾ ਕੁੜੀਆਂ ਦਾ। ਪਰ ਮੇਰਾ ਇਹ ਸਵਾਲ ਹੁੰਦਾ ਜੀ, ਹਰ ਪੇਰੈਂਟਸ ਦੇ ਸਾਹਮਣੇ ਇਹ ਸਵਾਲ ਮੇਰਾ ਹੈਗਾ ਕਿ ਲੜਕੀਆਂ ਵਾਸਤੇ ਤਾਂ ਕੋਈ ਵੀ ਫੀਲਡ ਸੁਰੱਖਿਅਤ ਨਹੀਂ ਹੈ, ਤਾਂ ਇਸ ਦਾ ਮਤਲਬ ਹੈ ਕਿ ਅਸੀਂ ਘਰੇ ਬੈਠ ਜਾਈਏ। ਜੇ ਘਰੇ ਬੈਠਣ ਪਹਿਲਾਂ ਤਾਂ ਹੁਣ ਲੜਕੀਆਂ ਤਾਂ ਆਪਣੇ ਘਰਾਂ ਚ ਵੀ ਸੁਰੱਖਿਅਤ ਨਹੀਂ ਹੈਗੀਆਂ, ਤਾਂ ਕੀ ਕਰੀਏ ਫਿਰ, ਕੀ ਜੀਣਾ ਛੱਡ ਦਈਏ? ਇਹ ਤਾਂ ਨਹੀਂ ਹੋ ਸਕਦਾ ਨਾ। ਤੇ ਅਸੀਂ ਆਪਣੇ ਆਪਣੇ ਮਨ ਨੂੰ ਮਾਰ ਕੇ ਕਿਉਂ ਜੀਣਾ? ਅਸੀਂ ਆਪਣੀਆਂ ਸਾਡੀਆਂ ਜੋ ਇੱਛਾਵਾਂ ਨੇ, ਸਾਡੀ ਜੋ ਕਰਨਾ ਚਾਹੁੰਦੇ ਹਾਂ, ਜਿਸ ਫੀਲਡ ਵਿੱਚ ਅਸੀਂ ਜਾਣਾ ਚਾਹੁੰਦੇ ਹਾਂ, ਬੇ ਝਿਜਕ ਹੋ ਕੇ ਜਾਈਏ। ਤਾਂ ਉਹ ਲੜਕੀ ਅੱਜ ਵੀ ਉਹ ਕੰਮ ਕਰ ਰਹੀ ਹੈ, ਅੱਜ ਬੋਂਬੇ ਦੇ ਵਿੱਚ ਬੜੀ ਅੱਛੀ ਹਿੰਦੀ ਇੰਡਸਟਰੀ ਦੇ ਵਿੱਚ ਫੁੱਲ ਕੰਮ ਕਰ ਰਹੀ ਹੈ, ਰੈਗੂਲਰ ਕੰਮ ਕਰ ਰਹੀ ਹੈ। ਪੇਰੈਂਟਸ ਵੀ ਬੜੇ ਖੁਸ਼ ਨੇ ਉਹਨਾਂ ਨੂੰ, ਹੁਣ ਜਦੋਂ ਬੱਚਾ ਅੱਗੇ ਵੱਧ ਰਹਿੰਦਾ, ਵਧਾ ਬੱਚਾ ਕੰਮ ਕਰ ਰਿਹਾ ਵਧੀਆ ਢੰਗ ਨਾਲ, ਤਾਂ ਫਿਰ ਸਭ ਨੂੰ ਖੁਸ਼ੀ ਹੁੰਦੀ ਹੈ। ਸੋ ਇਸ ਕਰਕੇ ਥੋੜੀ ਜਿਹੀ ਹਿੰਮਤ ਤਾਂ ਰੱਖਣੀ ਪਏਗੀ, ਔਰ ਮੈਨੂੰ ਲੱਗਦਾ ਕਿ ਆਉਣ ਵਾਲਾ ਸਮਾਂ ਥੋੜਾ ਜਿਹਾ ਇਸ ਚੇਂਜ ਹੋਏਗਾ ਕਿ ਅਸੀਂ ਲੜਕੀਆਂ ਨੂੰ ਹੋਰ ਇਜਾਜ਼ਤ ਦਈਏ, ਤਾਂ ਕਿ ਉਹ ਖੁੱਲ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਣ। ਤੁਸੀਂ ਆਪਣੇ ਇੰਸਟੀਚਿਊਟ, ਜਿਹੜਾ ਤੁਹਾਡਾ ਇੰਸਟੀਚਿਊਟ ਆ, ਕਿੱਥੇ ਬਣਾਇਆ ਹੋਇਆ, ਦੱਸੋ ਸਾਨੂੰ ਮਾੜਾ ਜਿਹਾ। ਜੀ ਮੈਂ 3 ਸਾਲ ਹੋ ਗਏ ਨੇ ਜੀ ਸੁਚੇਤਕ ਸਕੂਲ ਆਫ ਐਕਟਿੰਗ ਸ਼ੁਰੂ ਕੀਤਾ ਸੀਗਾ ਜੀ। ਵੈਸੇ ਤਾਂ ਇਹ ਕਿ ਮੈਂ ਸੁਚੇਤਕ ਰੰਗਮੰਚ ਗਰੁੱਪ ਹੈ ਸਾਡਾ, 21 ਸਾਲ ਹੋ ਗਏ ਨੇ ਉਸਨੂੰ ਵੀ ਲਗਾਤਾਰ ਕੰਮ ਕਰਦਿਆਂ ਨੂੰ। ਪਰ ਇਹ ਐਕਟਿੰਗ ਸਕੂਲ ਮੈਂ ਇਸ ਕਰਕੇ ਸ਼ੁਰੂ ਕੀਤਾ ਸੀ ਜੀ, ਮੇਰੇ ਕੋਲ 50 ਆਇਆ ਸੀ ਕਲਾਸਿਸ ਲਗਾਉਣ ਵਾਸਤੇ ਕਿ ਮੈਂ ਥੋੜੀ ਦੇਰ ਟ੍ਰੇਨਿੰਗ ਲੈਣੀ ਹੈ। ਤਾਂ ਉਦੋਂ ਫਿਰ ਮੈਨੂੰ ਲੱਗਿਆ ਸੀਗਾ ਕਿ ਬੱਚਾ ਜਿਹੜਾ ਬੜਾ ਵੈਲ ਸੈਟਲ ਔਰ ਵੈਲ ਨੋਨ ਸਿੰਗਰ ਹੈ, ਉਹ ਸਿੱਖਣਾ ਚਾਹੁੰਦਾ। ਤਾਂ ਨਵੇਂ ਬੱਚਿਆਂ ਦੇ ਤਾਂ ਮੈਨੂੰ ਬਹੁਤ ਫੋਨ ਆਉਂਦੇ ਹੁੰਦੇ ਸੀ ਕਿ ਅਸੀਂ ਕਰਨਾ ਚਾਹੁੰਦੇ ਹਾਂ, ਕਲਾਸਿਸ ਲਾਉਣਾ ਚਾਹੁੰਦੇ ਹਾਂ, ਥੀਏਟਰ ਚ ਆਉਣਾ ਚਾਹੁੰਦੇ ਹਾਂ। ਉਸ ਤੋਂ ਬਾਅਦ ਅਸੀਂ ਇਹ ਡਿਜ਼ਾਇਨ ਕੀਤਾ ਕਿ ਚਲੋ ਅਸੀਂ ਸ਼ੁਰੂ ਕਰਦੇ ਹਾਂ। ਔਰ ਹੁਣ ਅੱਜ ਦੀ ਡੇਟ ਦੇ ਵਿੱਚ ਸਾਡੇ ਬੱਚੇ ਸੁਚੇਤਕ ਸਕੂਲ ਆਫ ਐਕਟਿੰਗ ਦੇ ਬੱਚੇ ਜਿਹੜੇ ਨੇ ਉਹ ਜ਼ੀ ਟੀਵੀ ਦੇ ਉੱਤੇ ਵੀ ਕੰਮ ਕਰ ਰਹੇ ਨੇ, ਪੰਜਾਬੀ ਫਿਲਮਾਂ ਦੇ ਵਿੱਚ ਵੀ, ਵੈਬ ਸੀਰੀਜ਼ ਦੇ ਵਿੱਚ ਵੀ, ਹਿੰਦੀ ਸ਼ਾਰਟ ਫਿਲਮ ਮੂਵੀਜ਼ ਦੇ ਵਿੱਚ ਵੀ, ਸਾਰੀ ਜਗ੍ਹਾ ਲਗਾਤਾਰ ਕੰਮ ਕਰ ਰਹੇ ਨੇ ਬੱਚੇ। ਔਰ 70 ਸੈਕਟਰ ਦੇ ਵਿੱਚ ਸਾਡਾ ਸਕੂਲ ਸੁਚੇਤਕ ਸਕੂਲ ਆਫ ਐਕਟਿੰਗ, 17 ਸੈਕਟਰ ਮੋਹਾਲੀ, ਨੈਟ ਤੇ ਤੁਸੀਂ ਸਰਚ ਕਰੋਗੇ ਤਾਂ ਸਾਰਾ ਡਿਟੇਲ ਆ ਜਾਂਦੀ ਹੈ ਜੀ। ਅਨੀਤਾ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਗੱਲ ਕੀਤੀ। ਅਨੀਤਾ ਜੀ ਮੈਂ ਇੱਕ ਸਵਾਲ ਮੈਂ ਵੀ ਕਰਨਾ ਸੀ ਕਿ ਜੇ ਮੈਂ ਗਲਤ ਨਾ ਹੋਵਾਂ ਤੇ ਕੀ ਧਰਮਪਾਲ ਪਾਸ਼ਕ ਜੀ ਤੁਹਾਡੇ ਪਿਤਾ ਜੀ ਸੀ ਨੇ? ਜੀ ਬਿਲਕੁਲ 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 ਜੀ, ਮੇਰੇ ਪਿਤਾ ਜੀ ਹੈ, ਉਹਨਾਂ ਦੀ ਬਦੌਲਤ ਹੀ ਲਗਾਤਾਰ। ਧਰਮਪਾਲ ਪਾਸ਼ਕ ਜੀ ਬਹੁਤ ਵਧੀਆ, ਜਿੱਥੇ ਇੱਕ ਅੱਛੇ ਲੇਖਕ ਸੀ ਉਹਦੇ ਨਾਲ ਨਾਲ ਉਹ ਚੰਗੇ ਮਤਲਬ ਅਗਾਂਹ ਵਧੂ ਆਗੂ ਵੀ ਰਹੇ ਨੇ ਬਹੁਤ ਤਕੜੇ। ਬਿਲਕੁਲ ਜੀ ਬਿਲਕੁਲ, ਤੇ ਮੈਨੂੰ ਐਂ ਲੱਗ ਰਿਹਾ ਵੀ ਜਿਹੜਾ ਤੁਹਾਡਾ ਇਹ ਥੀਏਟਰ ਨਾਲ ਜੁੜਨਾ ਜਾਂ ਇਹ ਸਾਰੀ ਰੰਗ ਮੰਚ ਦੇ ਨਾਲ ਜੁੜ ਕੇ ਨਾਟਕ ਲਿਖਣਾ, ਇਹ ਸਾਰੀ ਆਪਣੇ ਪਿਤਾ ਜੀ ਤੋਂ, ਸ਼੍ਰੀ ਧਰਮਪਾਲ ਜੀ ਪਾਸ਼ਕ ਜੀ ਤੋਂ ਜਿਹੜੀ ਆ ਉਹ ਐਜੂਕੇਟ ਹੋਈ। ਬਿਲਕੁਲ, ਮੈਂ ਬਹੁਤ ਛੋਟੀ ਹੁੰਦੀ ਸੀ ਜੀ, ਅਸੀਂ 3-4 ਸਾਲਾਂ ਦਾ ਹੀ ਨਾਟਕ ਦੇਖਣ ਲੈ ਕੇ ਜਾਂਦੇ ਹੁੰਦੇ ਸੀ ਡੈਡੀ, ਔਰ ਡੈਡੀ ਨੇ ਆਪਣੀ ਫੈਕਟਰੀ ਤੋਂ ਛੁੱਟੀ ਕਰਕੇ ਸਾਈਕਲ ਤੇ ਬਿਠਾ ਕੇ ਸਾਨੂੰ ਪਵਨ ਔਰ ਵੱਡਾ ਬ੍ਰਦਰ ਔਰ ਮੈਂ ਦੋਨੋਂ ਨਾਟਕ ਦੇਖ ਕੇ ਦੇਖਣ ਜਾਂਦੇ ਹੁੰਦੇ ਸੀ। ਮੋਹਾਲੀ ਦੇ ਵਿੱਚ ਐਸ ਐਸ ਭੱਟੀ ਸਾਹਿਬ ਦੀ ਫੈਕਟਰੀ ਹੁੰਦੀ ਸੀ, ਤਾਂ ਉੱਥੋਂ ਹੀ ਸਾਨੂੰ ਬਚਪਨ ਤੋਂ ਹੀ ਉਹ ਜਿਹੜੀ ਡੈਡੀ ਨੇ ਜਿਹੜੀ ਗੁੜਤੀ ਦਿੱਤੀ ਹੈ ਰੰਗਮੰਚ ਦੀ ਔਰ ਸਾਹਿਤ ਦੀ, ਉਹ ਕੰਟੀਨਿਊਟੀ ਚੱਲ ਰਹੀ ਹੈ ਜੀ। ਉਹਨਾਂ ਦੀ ਹਿੰਮਤ ਤੋਂ ਬਿਨਾਂ ਅਸੀਂ ਕੁਛ ਕਰ ਹੀ ਨਹੀਂ ਸੀ ਸਕਦੇ, ਕਿਉਂਕਿ ਤੁਹਾਡੇ ਪਿਤਾ ਜੀ ਨਾਲ ਮੈਂ ਬਹੁਤ ਸਮਾਂ ਕਾਫੀ ਅਸੀਂ ਇਕੱਠੇ ਟ੍ਰੇਡ ਯੂਨੀਅਨ ਤੇ ਵੀ ਔਰ ਵੈਸੇ ਵੀ ਮਤਲਬ ਇੱਕ ਪੱਤਰਕਾਰੀ ਦੇ ਖੇਤਰ 'ਚ ਵੀ ਅਤੇ ਇਨਕਲਾਬੀ ਜਿਹੜੇ ਵਿਚਾਰਾਂ ਦੀ ਸਾਂਝ ਨਾਲ ਬੜੇ ਚਿਰ ਜੁੜੇ ਰਹੇ ਹਾਂ। ਸੋ ਇਸ ਕਰਕੇ ਮੈਨੂੰ ਐਂ ਲੱਗਾ ਵੀ ਇਹ ਸਾਰਾ ਜਿਹੜਾ ਹੈਗਾ ਉਹ ਪਾਸ਼ਕ ਜੀ ਦਾ ਜਿਹੜਾ ਉਹ ਸਾਰਾ ਜਿਹੜਾ ਸਿਹਰਾ ਉਹ ਪਾਸ਼ਕ ਜੀ ਸਿਰ ਜਾਂਦਾ। ਬਿਲਕੁਲ ਜੀ ਬਿਲਕੁਲ ਜਾਂਦਾ ਜੀ, ਜੀ ਜੀ ਜੀ। ਚਲੋ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ।
जी बिल्कुल अनीता मैम, थोड़ा बहुत बहुत शुक्रिया। और परमात्मा करे तुसी रंगमंच की इतनी सेवा करते रहो, और जो थोड़ा स्कूल है एक्टिंग स्कूल है वो तुसी ऐसी नवे बच्चे नवे कलाकार, क्योंकि जिन्ना चिर तुसी लोग ज्यौंदे हो उन्ना चिर जी थिएटर मर नहीं सकता, ये रंगमंच मर नहीं सकता। तो बहुत बहुत मुबारक, और सानू फखर है तुहाडे ते, तुसी साडे शहर के बछिंदे हो, असी तुहाडे शहर के बछिंदे हाँ, और सानू हमेशा तुहाडे नाल गल करन दा मौका लगता है। शुक्रिया जी, बहुत बहुत जी मेहरबानी, बहुत बहुत मेहरबानी थैंक तुहाडी साडे नाल गल करते। यू जी, थैंक यू। सो ये सन अनीता सतीश जिहड़े कि उगे रंगकर्मी ने, और बच्चों नू ट्रेनिंग भी देंदे ने, अपना रंगमंच भी है, हजारा बच्चा इन्हां दा फिल्मां दे विच है। वैसे लहल साहब एक होर भी गल है जी, रंगमंच एक ट्रांसपेरेंसी है मेरे हिसाब दे नाल, बिल्कुल रंगमंच दे विच कोई ना उथल पुथल नहीं है, नहीं जी, रंगमंच दी कोई डुप्लीकेसी नहीं है, कोई लिपस्टिक नहीं है जी, रंगमंच दे विच रंगमंच जिहड़ा साडा यथार्थवाद नाल जुड़िया होया है जी। और इसे करके जिन्ने भी साडे रंगकर्मी होए ने, उधरों जो मैं जम्मू मौका लगे रहन दा जी, तो जम्मू के अभिनव ठाकुर ने है जी, ठीक है, ठाकुर साहब ने जिहड़े कि हिंदी रंगमंच बहुत बड़ा योगदान है जी जी, उत्थे अभिनव थिएटर है, उत्थे करते सी, ते मैनू भी उन्हां दीआं कुछ क्लासां लाउण दा मौका मिल गया सी, लेकिन मेरी हिंदी बड़ी कमजोर सी, इस करके शायद मैं उत्थे बहुता सफल ना हो सकिया। कहण दा मतलब मेरा ये है भी जिंदगी दोस्त इक रंगमंच है, मिलना बिछड़ना ते मिलना ये जिंदगी दा इक रोटेशन है, ये चलते रहना चाहिए। सो इस करके रंगमंच में वेख्या करो, अपने बच्चों नाटकों के लैके जाया करो, जिथे भी कोई नाटक फैसटिवल आता अपने बच्चों दिखाया करो, फिल्मों तो थोड़ा दूर रखो, अपने बच्चों नाटक वाले पास जरूर लेके जाओ, क्योंकि नाटक ही साडा जिहड़ा ना जिंदगी का एक शीशा जी कह लिए, क्योंकि साडे रंगकर्मी उस पात्रता अपनी निजी जिंदगी नाल जोड़ के वो पेशकारी करते हैं। ये फिल्म तो है नहीं कि रीटेक कर लिया क्योंकि ये कि तुम अपना जोड़ा थोड़े कोल है सब कुछ उन्होंने बयान करना, साड़िया निक्के निक्के तकलीफा सुख दुख जिहड़े साडे नाल समाज च विचर रहे हैं उन्हां दी पेशकारी करनी हुंदी है। सो वो पेशकारी ही जिहड़ी है वो साडे लोकां च जिहड़ी आ विचरदी है, क्योंकि जिन्हें भी सरकारी ये दमन ने जां जिहड़ियां साडियां समाज कुरीतियां ने जो जो कुछ भी है इनू असी एक स्टेज के उत्ते रंगकर्मी जिहड़ा वो पेशकारी करदा, ते उहदे नाल सानू सीधे तौर पर जिहड़ी है जिवें डाक्टर ने एक दवाई पीने वाले दिंदा ना सीधा असर हो जाता, ये साडे सीधा असर जिहड़ा वो साडा रंग जिहड़ा कर्मी जिहड़ा वो जो लोगों जाता तो वह पेशकारी करता तो लोगों को समझ पैंदी है। सो रंगकर्म रंगमंच एक इहोजा है जिथे तुसीं सच दे बहुत नेड़े चले जाने हो, अपनी दुख तकलीफा का जो हल है वो तुम्हें उतों महसूस होंगे, तो तुम राहत महसूस करते हो। बिल्कुल, एक थिएटर आर्टिस्ट हमेशा ही कहता है जीना जहां मरना जहां इसके सिवा जाना कहां। सो जिंदगी दे विच दोस्तों रंगमंच है, ये साडा अज दा साडा कुण चर्चा सी रंगमंच वर्ल्ड थिएटर डे ते, लेकिन जांदे जांदे असीं सरकार दे तवा जरूर ला के जावांगे, बिल्कुल बिना तवे तुसीं जा नहीं सकदे। मोदी जी कल बंगलादेश गए सी, बंगलादेश दे विच साडे नरेंद्र मोदी साहब ने एक होर ही चौंडा चकता चौंडा की चकता ओह दा ते कम ही जोड़े पेश करना, हाँ मोदी साहब दा कम ही चौंडे चकना है। वह कहिंदे वी बंगलादेश की जदों लड़ाई हुई सी तां 20-22 साल हो गए सी, उदों बंगलादेश नूं आजाद कराउण लई मैं भी जेल गया। दसो मोदी साहब हाथ बन के बेनती है एडा वड्डा झूठ ऐदा ना करया करो, क्योंकि बंगलादेश नाल लड़ाई तां पाकिस्तान दी सी, हिंदुस्तान दा पहली बंगलादेश दे नाल सी, ते मोदी साहब कीड़ी लड़ाई लड़ते रहे, ते मोदी साहब नूं जेल फिर हिंदुस्तान ने भेजिया जां पाकिस्तान ने भेजिया जां पर बंगलादेश ने भेजिया। इह जुमले ने जदों बोलण लगदे ने इहनां दे बोलां दे मूंह ते कड़े छक्के लगे ने, जो मर्जी बोली जाओ। सो बोलण तों पहलां इहनां नूं नाप तोल लैणा चाहीदा कि जिहड़ी मैं गल करन जा रहा कि यह मेरी जिंदगी ने ढुकदी भी है। सो एक हिंदुस्तान का प्राइम मिनिस्टर एडा वड्डा झूठ, एडी वड्डी जुमलाबाजी, जे एक प्राइम मिनिस्टर बोल सकता है तो दूजे बंदियां दा तुसीं की करो। आ फोटो एक मोदी दा फोटो, इस करके सरकारां जिहड़ियां ने जबर करदियां तां वेखियां ने, यह सब कुछ करदियां वेखियां ने, पर दूजे देश जाके इदां दा बयानबाजी करनी ये पता नहीं कि राहत इन्हों। देखो जे देश का प्रधानमंत्री ये कह सकता है
कि बांग्लादेश मैं याद करवाया तो फिर आप दोनों जने कह सकते हैं भी हिंदुस्तान दे पाकिस्तान आप याद कराए फिर बाकी का कोई रोल नहीं बिल्कुल आप ही देश की वंड कराई है आप ही मुस्लिम लीग कराया आप ही देश को याद कराया तो साथों बड़ा योगदान होर किसी का नहीं देखो साडा देश का प्रधानमंत्री झूठ बोल सकता फिर अभी तो काम सुधार नहीं बने अभी झूठ बाकी दूजे बगानिया देशों जाके अपने आप को एस्टैबलिश कर रहे हैं आपके देश च आपके देश च किसान जड़े ने ਉਹ ਮਤਲਬ ਮਹੀਨਿਆਂ ਤੋਂ ਰੁੜ ਰਹੇ ਨੇ ਨਹੀਂ ਨਹੀਂ ਭੁੱਖੇ ਪਿਆਏ ਵਿਚਾਰੇ ਉੱਥੇ ਸੜਕਾਂ 'ਤੇ ਬੈਠੇ ਨੇ ਸਾਰਾ ਸਿਆਲ ਉਹਨਾਂ ਆਪਣੇ ਪਿੰਡਿਆਂ 'ਤੇ ਹੰਢਾ ਲਿਆ ਜਿਹੜੇ ਕਾਨੂੰਨ ਦੇ ਜੋ ਕੁਛ ਤੁਸੀਂ ਬਣਾਏ ਲੋਕਾਂ ਵਾਸਤੇ ਤੁਸੀਂ ਬਣਾਉਂਦੇ ਹੋ ਜਦੋਂ ਲੋਕਾਂ ਨੂੰ ਪਸੰਦ ਹੀ ਨਹੀਂ ਤਾਂ ਘੱਟੋ ਘੱਟ ਤੁਸੀਂ ਆਪਣਾ ਘਰ 'ਤੇ ਸੁਧਾਰ ਲਓ ਦੂਜੇ ਦੇ ਘਰ ਜਾ ਕੇ ਝੂਠ ਫੇਰ ਮਾਰ ਲਿਓ ਕਿੱਡੀ ਸ਼ਰਮ ਦੀ ਗੱਲ ਹੈ ਕੱਲ੍ਹ ਸਾਡਾ ਭਾਰਤ ਬੰਦ ਸੀ ਜੀ ਦੇਸ਼ ਵਿਆਪੀ ਹੜਤਾਲ ਸੀ ਜੀ ਔਰ ਸਾਡੇ ਨਰਿੰਦਰ ਮੋਦੀ ਸਾਹਿਬ ਬੰਗਲਾਦੇਸ਼ ਜਾ ਕੇ ਝੂਠ ਮਾਰ ਰਹੇ ਨੇ ਕਿ ਬੰਗਲਾਦੇਸ਼ ਨੂੰ ਯਾਦ ਕਰਾਉਣ 'ਚ ਉਹਦਾ ਬੜਾ ਵੱਡਾ ਯੋਗਦਾਨ ਸੱਚੇ ਪਾਤਸ਼ਾਹ ਮੋਦੀ ਸਾਹਿਬ ਨੂੰ ਸਮਰਥ ਬਖਸ਼ੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅਸੀਂ ਮਾੜਾ ਚੰਗਾ ਨਹੀਂ ਬੋਲ ਸਕਦੇ ਸੋ ਪ੍ਰਧਾਨ ਮੰਤਰੀ ਸਾਹਿਬ ਥੋੜ੍ਹਾ ਸੋਚ ਕੇ ਬੋਲਿਆ ਕਰੋ ਸੋ ਦੋਸਤੋ ਲੈਟ ਅਸ ਸੀ ਤੁਹਾਨੂੰ ਸਾਡਾ ਅੱਜ ਦੀ ਅਖੁੰਡ ਚਰਚਾ ਵਰਲਡ ਥੀਏਟਰ ਡੇ 'ਤੇ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਆਪਣੇ ਸੁਝਾਅ ਸਾਨੂੰ ਜ਼ਰੂਰ ਦਿਆ ਕਰੋ ਕੱਲ੍ਹ ਫਿਰ ਮਿਲਾਂਗੇ ਅਸੀਂ ਦੋਵੇਂ ਜਾਣੇ ਕਿਸੇ ਨਵੀਂ ਚਰਚਾ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਰੱਬ ਰਾਖਾ ਰੱਬ ਰਾਖਾ Thank you.